चलता क्यों नहीं पिया? बेरा तर गया। मैं साध उन्होंने किन्नी बारी कहा कि साध जी सस्ता बैल्ट ना पाया करो, महंगा बैल्ट पाया करो। उन्हें टुट गया बैल्ट, हूँ दस हूँ कम भी देना, कम भी सिर ते खलोता वा, हूँ दस की करा यार। मैं साध उन्हें अपनी बचत करते रहते बंदे आन के सानू, मैं हूँ जाना वा जाके साध उन्होंने कहना कि साध जी बैल्ट, साध जी साध जी ता जी एक होर अच्छी खबर आई है। केड़ी आ गई आ? मशीन का बैल्ट टूट गया। वो कुदा टूट गया? तुसी तो सारी दिहाड़ी फटे बैठे रहने, पता नहीं तुसी हड्डियां का ऑपरेशन कराया वा हां। ओए पिछले हफ्ते दे ओ बैल्ट पवाया उनू। ओ साध जी काम दी भी खबर रखिया करो। ओ काम दी खबर मैं कहना पिछले हफ्ते पवाया बैल्ट, टूट किदा गया? चपदा रहया तू? मैं थानू कहा सी महंगा बैल्ट ले आइयो। मजबूत बैल्ट दियो हद हो गई है तेरी यार दोती। मेरी पहला गल सुन लिया करो, आ हुण जिहड़ा काम देना वा उहदा की करिए हुण? उहदा ही करिए ते तू तैयार कर यार। ओह मैं हुण जिहड़ी लकड़ आई सी ना ਉਹ ਮੈਂ ਚੀਰ ਚੀਰ ਰਿਹਾ ਸੀਗਾ, ਠੀਕ ਹੈ ਨਾ, ਰਾਤੀ ਜਿਹੜਾ ਕੰਮ ਦਾ ਸਾਦਕਾ ਬਾਅਦ ਭੇਜਣਾ। ਉਹ ਜਿਸ ਵੇਲੇ ਮੈਂ ਵੇਖਿਆ ਝੱਲੇ ਹੀ ਨਾ ਰਹਾ, ਉਹ ਮੈਂ ਥੱਲੇ ਦੇਖਿਆ ਤਾਂ ਬੈਡ ਟੁੱਟਿਆ ਹੋਇਆ। ਤੇ ਤੂੰ ਮੈਨੂੰ ਰਾਤੀ ਟੁੱਟਿਆ ਤੇ ਤੂੰ ਮੈਨੂੰ ਹੁਣ ਦੱਸਣ ਡਿਆ? ਟੁੱਟਿਆ ਹੀ ਹੁਣ ਵਾ, ਸਸਤਾ ਬੈਡ ਟੁੱਟ ਰਿਹਾ ਹੁੰਦਾ ਵਾ, ਉਹ ਕਦੋਂ ਜਾਗਦਾ ਰਹਿੰਦਾ ਵਾ। ਉਹ ਭੋਲਾ ਕਾਹਤੇ ਕੰਮ ਕਰਕੇ ਗਿਆ ਹੈ? ਭੋਲਾ ਪਤਾ ਨਹੀਂ ਕਾਹਤੇ ਕੰਮ ਕਰਕੇ ਗਿਆ, ਮੈਂ ਤੇ ਹੈਰਾਨ ਆ ਕਿ ਉਹ ਐਨੀ ਸਾਰੀ ਲੱਕੜ ਚੀਰ। ਇਹ ਭੋਲੇ ਦੇ ਤੇ ਤੋੜਿਆ ਫਿਰ? ਭੋਲਾ ਹੀ ਤੋੜ ਗਿਆ ਜੇ। ਹੈ ਭੋਲਾ ਤੋੜ ਕੇ ਗਿਆ ਜੇ? ਉਹਨੇ ਮੈਨੂੰ ਕਿਉਂ ਨਹੀਂ ਦੱਸਿਆ ਹੈਗਾ? ਤੁਹਾਨੂੰ ਕੀ ਦੱਸਿਆ? ਤੁਸੀਂ ਸਾਰੀ ਦਿਹਾੜੀ ਫੱਟੇ ਤੇ ਬੈਠ ਰਹੇ ਨੇ, ਜਿਵੇਂ ਪਾਣਾ ਸਿੱਟਣੀ ਦੁਕਾਨ ਤੁਸੀਂ ਖੋਲੀ। ਉਹ ਫੱਟੇ ਤੇ ਬੈਣਾ, ਹੋਰ ਟੋਆ ਕੱਢ ਲਵਾਂ ਮੈਂ ਵੀ, ਮੈਂ ਉੱਥੇ ਬੱਚੇ ਦੇਣੇ ਆ, ਮੈਂ ਕੁੱਤੀ ਆ, ਥੱਕ ਗਿਆ ਮੈਂ ਸਵੇਰ ਦਾ ਆਣ ਕੇ। ਥੱਕ ਗਿਆ ਆ ਤੂੰ? ਖਲੋਤਾ ਹੀ ਥੱਕ ਗਿਆ ਆ? ਆ ਤੈਨੂੰ ਘੰਟਾ ਨਹੀਂ ਹੋਇਆ ਅਜੇ ਖਲੋਤੇ ਨੂੰ? ਆ ਚਲੋ ਚਾਹ ਦਾ ਤੇ ਕਵੋ ਨਾ ਉੱਥੇ। ਨਾ ਚਾਹ ਦਾ ਕਹਿ ਰਹੇ ਤੈਨੂੰ, ਤੈਨੂੰ ਵੱਡਾ ਬੁਖਾਰ ਹੋਇਆ ਸਰਦੀ ਦਾ, ਤੈਨੂੰ ਚਾਹ ਦਾ ਕਹਿ ਦੇ। ਲੈ ਬੈਲਟ ਮੁਕਾ ਕੇ ਦਿਓ। ਇਹ ਭੋਲੇ ਦਾ ਕੰਮ ਆ, ਭੋਲਾ ਆਵੇ ਉਹਦੇ ਤਨਖਾਹ ਚ ਪੈਸੇ ਕੱਟ। ਭੋਲੇ ਨੂੰ ਤੁਸੀਂ ਭੂਏ ਚੜਾਇਆ ਵਾ, ਆ ਲਾਡਲਾ ਤੁਹਾਡਾ? ਲਾਡਲਾ ਆ ਕਾਕਾ, ਲਾਡਲਾ ਕਾਹਦਾ ਆ? ਕੰਮ ਲੈਣਾ ਹੁੰਦਾ ਇਹਨਾਂ ਕੋ, ਨਹੀਂ ਮੰਨਦੇ ਤੇ ਚੁੱਕ ਕੇ ਬਾਹਰ ਮਾਰ ਉਹਨਾਂ ਨੂੰ। ਇਹਦੇ ਵਿੱਚ ਰੌਲੇ ਵਾਲੀ ਕਿਹੜੀ ਗੱਲ ਆ? ਰੌਲੇ ਵਾਲੀ ਆ ਸਾਰੀ ਗੱਲ, ਠੀਕ ਆ ਕਿ ਨਹੀਂ? ਹਾਂ ਗੱਡੀ ਆਵੇ ਨਾ ਯਾਰ ਕੀ, ਹਾਂ ਉਹ ਪਰਲੇ ਪਾਸੇ ਮਾਲ ਸਟਾਉਣਾ ਆ, ਉਹਦੇ ਆ ਸਾਰਾ ਬਾਹਰ ਉਹਨਾਂ ਗੱਡੀ ਆ ਰੋਡ ਵੱਲੋਂ, ਉਹ ਚਿਸ਼ਤੀਆਂ ਦਾ ਮਾਲ ਲੈਣਾ ਜਰਾ, ਉਹ ਸਾਰਾ ਤਿਆਰ ਪਿਆ ਵਾ ਦੇ ਲਓ, ਸਾਰਾ ਚਿਸ਼ਤੀਆਂ। ਉਹਨਾਂ ਨੂੰ ਫੋਨ ਕਰ। ਰਾਸ਼ਨ ਸਟਾਉਣਾ ਆ ਤੇ ਰਾਸ਼ਨ ਦੇ ਪੈਸੇ ਸੀ 15,000 ਰੁਪਇਆ, ਥੋੜਾ ਹੁੰਦਾ ਆ। ਬਿਜਲੀ ਦਾ ਬਿੱਲ ਤਾਂ ਆ ਰਿਹਾ, ਗੈਸ ਦਾ ਬਿੱਲ ਤਾਂ ਆ ਰਿਹਾ, ਜਿਹੜੇ ਪੈਸੇ ਬਚੇ ਸਾਜੀ ਉਹ ਇੰਨੇ ਕੰਮ ਉਹਦੇ ਵਿੱਚੋਂ ਕਰ ਲਏ। ਬਿਜਲੀ ਦਾ ਬਿੱਲ 7 ਰੁਪਇਆ ਇਸ ਦਿਨ, ਚਲੋ 5,000 ਰੁਪਇਆ ਦੇ ਦੇ ਉਹਨਾਂ ਅੱਜ। 5,000 ਨਹੀਂ ਹੈਗਾ ਹੁਣ? ਹਾਂ ਕੈਸੀ ਗੱਲ ਕਰੀ ਜਾਂਦਾ, 5,000 ਆਏ ਦਿਨ ਤੁਹਾਨੂੰ ਜ਼ਰੂਰਤ ਪਈ ਰਹਿੰਦੀ ਆਏ ਦਿਨ। ਓ ਬਸ਼ੀਰ ਆਏ ਨੂੰ ਮਾਰ ਬਾਜ ਜਰਾ, ਓਏ ਓਏ ਆ ਬੈਲਟ ਲਾ ਕੇ ਲਿਆ ਜਰਾ। ਬੈਲਟ ਆਪਣੀ ਪਿੰਡ ਦਾ ਲੈ ਗਿਆ ਵਾ? ਓ ਨਹੀਂ ਆਏ ਬੈਲਟ ਦੂਸਰਾ, ਪਿੰਡ ਦਾ ਬੈਲਟ ਮੈਂ ਇੱਥੇ ਲੜਨਾ ਆ ਕਿਸੇ ਨਾਲ ਵੀ, ਤੇਰੇ ਪਿੰਡ ਦਾ ਬੈਲਟ ਲੈਣਾ ਮੈਂ। ਹਲੇ ਆਦਰਾ ਬੈਲਟ ਮੈਂ ਵੇਖਾਂ, ਆਪ ਉੱਠ ਕੇ ਵੇਖ ਲਓ। ਹਾਂ ਓਏ ਆਪ ਉੱਠ ਕੇ ਜਰ ਉਹਨੂੰ ਕਹਿਤਾ ਆ, ਫਿਰ ਇਹਦੇ ਵਿੱਚ ਕਿਹੜੀ ਗੱਲ ਆ? ਤੋੜ ਕੇ ਤੂੰ ਆ ਗਿਆ, ਦੇਖਾਂ ਮੈਂ ਜਾ ਕੇ। ਆਪ ਨਾ ਉੱਠਿਓ ਜਿਵੇਂ ਚਿਰਾ ਕੀਤਾ ਤੁਸੀਂ, ਚਿਰਾ ਕੀਤਾ ਆ। ਔਰ ਜਿਹੜਾ ਜਿਹੜਾ ਦੂਸਰਾ ਉਹ ਵੀ ਲੈ ਗਿਆ ਨਾਲ, ਉਹ ਦੋਵੇਂ ਟੁੱਟ ਗਏ ਸਰਕਾਰ, ਦੋਵੇਂ ਟੁੱਟੇ ਆ, ਇੱਕ ਪਹਿਲਾਂ ਟੁੱਟਿਆ ਵਾ। ਉਹ ਮੈਂ ਕਹਿੰਦਾ ਸ਼ਾਇਦ ਉਹ ਬੈਲਟ ਬੁਲਟ ਹੋ ਜਾਵੇ। ਸਾਹ ਜੀ ਨੂੰ ਬੈਲਟ ਨਹੀਂ ਹੁੰਦਾ, ਜਿਹੜਾ ਟੁੱਟ ਜਾਂਦਾ ਟੁੱਟ ਜਾਂਦਾ ਵਾ, ਕੀ ਕਰਦੇ ਹੋ ਤੁਸੀਂ? ਹੁਣ ਦੁਕਾਨਾਂ ਵੀ ਬੰਦ ਹੋਣੀਆਂ, ਅੱਜ ਜੁਮਾ ਆ। ਹਾਂ ਮੈਂ ਕਿਹਨੂੰ ਕਹਾਂ ਜਾ ਕੇ ਹੁਣ ਬੈਲਟ ਦੇ ਜੋ, ਕਮਾਲ ਵੀ ਦੇਣਾ ਆ। ਮੈਂ ਤੈਨੂੰ ਉਦੋਂ ਵੀ ਇਹ ਗੱਲ ਕਹੀ ਸੀ ਯਾਰ, ਠੀਕ ਹੈ ਕਿ ਨਹੀਂ, 2-3 ਆਰਡਰ ਆਏ ਆ ਉਹ ਭੁਗਤਾਉਣੇ ਆ। ਸਮਝ ਲੱਗੀ, ਸਾਰਾ ਫਰਨੀਚਰ ਬਣਨ ਵਾਲਾ ਉਹਨਾਂ ਦਾ ਪਿਆ ਹੈ।
ਪਾਲਿਸ਼ ਕਰਾ ਕੀਤਾ ਪਰਦਾ ਬਹੁਤ ਹੋਇਆ ਬਹੁਤ ਉਹਨਾਂ ਕਰਾ ਪਿਛਲੇ ਸੋਹਣਾ ਬਣ ਗਿਆ ਬਹੁਤ ਸੋਹਣਾ ਬਣਿਆ ਉਹ ਤੇ ਬਹੁਤ ਸੋਹਣਾ ਬਣ ਗਿਆ ਵਾ ਨਹੀਂ ਉਹ ਵੀ ਮਾਲ ਤਿਆਰ ਆ ਹੁਣ ਸਾਦਕਾਬਾਦ ਤੇ ਪੀਰ ਮਾਲ ਦਾ ਮਾਰ ਰਹਿੰਦਾ ਵਾ ਓਰੀਜਨ ਨਾਲ ਤਿਆਰ ਕੀਤਾ ਆ ਅਸਲਾਮੁ ਅਲੈਕੁਮ ਲੱਕੜ ਵੀ ਚੰਗੀ ਆ ਚੱਲ ਭਾਈ ਹਾਂ ਲੱਕੜ ਅੱਛੀ ਲੱਕੜ ਚੰਗੀ ਆ ਲੱਕੜ ਮਿਲਦੀ ਨਹੀਂ ਏਦਾਂ ਦੀ ਜਿਹੜਾ ਤੁਸੀਂ ਚੀਚਾ ਪਤਰੀ ਨਾਲ ਮਾਲ ਬਣਾਇਆ ਨਾ ਨਾਲੇ ਰੀਸ ਹੀ ਆ ਉਹ ਬੜੇ ਖੁਸ਼ ਆ ਆਹੋ ਉਹ ਹਾਜੀ ਸਾਹਿਬ ਬੜੇ ਖੁਸ਼ ਆ ਹਾਜੀ ਸਾਕਬ ਬੜਾ ਖੁਸ਼ ਆ ਉਹ ਪੀਰ ਮਾਲੋਂ ਪੈਸੇ ਆ ਗਏ ਤੁਹਾਨੂੰ ਉਹ ਦੇ ਗਏ ਆ ਕਰਦਾਰ ਕਰ ਰਹੇ ਆ ਜੀ ਬੱਚਿਆਂ ਵਾਸਤੇ ਮਤਲਬ ਬਹਾਨਾ ਆ ਮੇਰਾ ਮਾਲਕ ਖਾਲਕ ਆ ਜੀ ਮਾਲਕ ਤੇ ਤੁਹਾਨੇ ਗੱਲ ਕਰ ਲਈਏ ਬਹਿ ਕੇ ਮੇਨਾ ਕਰ ਲੈ ਮੇਨਾ ਹੀ ਕਰਨੀ ਹੈ ਭਾਜੀ ਹੋਰ ਇੱਥੇ ਤੁਸੀਂ ਲੱਕੜਾ ਨਾਲ ਗੱਲ ਕਰਨੀ ਹੈ ਇਹ ਸਾਰਾ ਸੈਟਅਪ ਤੁਸੀਂ ਦੇਖ ਰਹੇ ਹੋ ਆ ਸਾਰਾ ਆਪਣਾ ਹੀ ਹੈ ਭਾਜੀ ਅੱਛਾ 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 ਆ ਉਥੋਂ ਲੈ ਕੇ ਤੇ ਪਿੱਛੇ ਤੱਕ ਸਾਰਾ ਆਪਣਾ ਹੈ ਤੇ ਪਿੱਛੇ ਤੇ ਕੂੜਾ ਸਟੈਂਡ ਆ ਜਾਂਦਾ ਉਹ ਵੀ ਤੁਹਾਡਾ ਉਹ ਨਹੀਂ ਸਾਡਾ ਕੋਈ ਕੂੜਾ ਸਟੈਂਡ ਨੂੰ ਅਸੀਂ ਕੀ ਕਰਨਾ ਹੈ ਅਸੀਂ ਭਰਤੀ ਪਾਉਣੀ ਹੈ ਕੂੜੇ ਦੀ ਅੱਛਾ ਭਾਜੀ ਗੱਲ ਇਹ ਆ ਵੀ ਤੁਹਾਡੇ ਤੋਂ ਇਲਾਵਾ ਇੱਥੇ ਕੋਈ ਅੱਛਾ ਕੰਮ ਕਰ ਰਿਹਾ ਮਾਰਕੀਟ 'ਚ ਹੋਰ ਸਾਡਾ ਹਲਾਮਾ ਆ ਗਿਆ ਤੁਹਾਨੂੰ ਨਹੀਂ ਨਹੀਂ ਮੈਂ ਪੁੱਛਿਆ ਕਿਉਂਕਿ ਮੈਂ ਵੀ ਸਾਡਾ ਹਲਾਮਾ ਆ ਗਿਆ ਤੁਹਾਨੂੰ ਮੈਂ ਤੁਹਾਡੇ ਕੋਲ ਪੁੱਛਿਆ ਮਸ਼ਵਰਾ ਤੇ ਲੈ ਲੈਣਾ ਚਾਹੀਦਾ ਅਲਹਮਦੁਲਿਲਾ ਇੱਥੇ ਜਿਹਨੂੰ ਮਰਜ਼ੀ ਜਾ ਕੇ ਮਹੀਨੇ ਦਾ ਪੁੱਛ ਲਾ ਅੱਛਾ ਅੱਛਾ ਮਹੀਨਾ ਤੁਹਾਡਾ ਨਾ ਤੇ ਮੈਂ ਅੱਜ ਹੀ ਵੈਸੇ ਸੁਣਿਆ ਲੈ ਮਹੀਨੇ ਦਾ ਜਿੱਥੋਂ ਮਰਜ਼ੀ ਪੁੱਛ ਲਾ ਰਾਣਾ ਮਹੀਨਾ ਕਿੱਥੇ ਆ ਤੇ ਉਹ ਕਹਿਣ ਵੀ ਸਾਨੂੰ ਨਹੀਂ ਪਤਾ ਕਿੱਥੇ ਆ ਫੇ ਔਰ ਰਾਣੇ ਮਹੀਨੇ ਦਾ ਭਰਾਵਾ ਨਾ ਹੋਇਆ ਆ ਆ ਸਾਰਾ ਸੈਟਅਪ ਜਿਹੜਾ ਆ ਅਸੀਂ ਪਿਓ ਦਾਦੇ ਤੋਂ ਚਲਾਉਂਦੇ ਆ ਰਹੇ ਆ ਤੇ ਕਿੱਥੇ ਤੁਹਾਡੇ ਦਾਦਾ ਜੀ ਕਿੱਥੇ ਆ ਦਾਦਾ ਜੀ ਅੱਲਾ ਨੂੰ ਪਿਆਰੇ ਹੋ ਕੇ ਜਾਣਾ ਤੁਸੀਂ ਉਹਨਾਂ ਕੋ ਨਹੀਂ ਮੈਂ ਕੀ ਕਰਾਂ ਮੈਂ ਭੇਜ ਦਿੰਦਾ ਚਲੋ ਹੋਇਓ 2-4 ਦਿਨ ਉੱਥੇ ਰਹਿਓ ਨਹੀਂ ਉੱਥੇ ਉਹਨਾਂ ਨੂੰ ਕਿਹੜਾ ਕੁਆਟਰ ਮਿਲਿਆ ਵੀ ਰਹਿ ਮੈਂ 2-4 ਕੁਆਟਰ ਰਹਿ ਮਿਲਿਆ ਨਹੀਂ ਮੈਂ ਭਾਜੀ ਪੁੱਛਿਆ ਯਾ ਮੀਦਾ ਜੀ ਤੁਸੀਂ ਤਾਂ ਲੜੀ ਜਾਣ ਨਹੀਂ ਭਾਜੀ ਤੁਸੀਂ ਗੱਲ ਕਰੋ ਜਿਹੜੀ ਕਰਨ ਵਾਲੀ ਹੈ ਅੱਛਾ ਮੀਦਾ ਤੁਹਾਡਾ ਨਾਮ ਹਾਂਜੀ ਇਹਦਾ ਨਾਮ ਸ਼ੀਦਾ ਵਾ ਇਹ ਤੋਤੀ ਆ ਇਹ ਤੋਤੀ ਆ ਇਹ ਪਾਰਟਨਰ ਵੀ ਆ ਸਾਡਾ ਤੇ ਇਹਦਾ ਹੱਥ ਫੜ ਕੇ ਰੱਖੋ ਐਵੇਂ ਉੜੀ ਨਾ ਜਾਵੇ ਉਹਨੇ ਉੱਡ ਕੋ ਜਾਵੇ ਕੀ ਗੱਲ ਹੈ ਇਲਾ ਇਹ ਤੋਤੀ ਨਹੀਂ ਕਹਿਣ ਦੇ ਨਹੀਂ ਨਾ ਤੋਤੀ ਹੈ ਭਾਜੀ ਨਾ ਤੋਤੀ ਹੈ ਹਾਂ ਅੱਛਾ ਭਾਜੀ ਗੱਲ ਪਤਾ ਕੀ ਹੈ ਹਾਂਜੀ ਇਹ ਕੰਮ ਉਹ ਬੈਲਟ ਤੂੰ ਅਜੇ ਲੈ ਕੇ ਨਹੀਂ ਆਉਂਦੇ ਆ ਚਾਹ ਪੀ ਲਾ ਪਹਿਲਾਂ ਚਾਹ ਪੀ ਲਾ ਅੱਲਾ ਚਾਹ ਪੀ ਕੇ ਚਾਹ ਪੀ ਲਾ ਜਿਹੜਾ ਤੂੰ ਪਿੰਡੀ ਟਾਈਮ ਲੈ ਕੇ ਜਾਣਾ ਤੈਨੂੰ ਨੀਂਦ ਆ ਜਾਣੀ ਰਸਤੇ 'ਚ ਤੇ ਸ਼ਲਵਾਰ 'ਚ ਬੈਲਟ ਕੌਣ ਪਾਉਂਦਾ ਵਾ ਗੱਲਾਂ ਕਰ ਜਲਦੀ ਕਰ ਅਗੋਂ ਦੇਖਣ ਡਿਆ ਆ ਮੈਂ ਕਿਹਾ ਸ਼ਲਵਾਰ 'ਚ ਬੈਲਟ ਕੌਣ ਪਾਉਂਦਾ ਚਾਹ ਪੀ ਜਾਇਓ ਕੰਮ ਨਾ ਕਰੀਓ ਚਲੋ ਵੀ ਕਿਤੇ ਕੰਮ ਕਿਤੇ ਤੁਹਾਨੂੰ ਕਿਤੇ ਅੱਲਾ ਕੰਮ ਦੇ ਦੇਵੇ ਪੈਸੇ ਇੰਜ ਮੰਗਦੇ ਆ ਜਿਵੇਂ ਤੁਸੀਂ ਪਾਣੀ ਵਾਲੇ ਕੈਨ ਦੇ ਕੇ ਆਏ ਸਾਨੂੰ ਪੈਂਟਾਂ ਨੀ ਪਾਉਂਦੇ ਭਰਾਵਾ ਕਿਉਂ ਦਿਮਾਗ ਖਾਈ ਜਾਂਦਾ ਤੂੰ ਵੀ ਬੈਲਟ ਪੜ੍ਹਿਆ ਲਿਖਿਆ ਬੰਦਾ ਆ ਯਾਰ ਤੂੰ ਆਰੇ ਦਾ ਬੈਲਟ ਅੱਛਾ ਆਰੇ ਦਾ ਬੈਲਟ ਵੈਰੀ ਗੁੱਡ ਤੇ ਹੁਣ ਟੁੱਟਿਆ ਕਿੱਦਾਂ ਭਾਜੀ ਜਾਂ ਤੋੜ ਕੇ ਦਿਖਾ ਇਹਨਾਂ ਨੂੰ ਨਹੀਂ ਨਹੀਂ ਮੈਂ ਵੈਸੇ ਪੁੱਛ ਰਿਹਾ ਵੀ ਟੁੱਟਿਆ ਕਿਦਾਂ ਭਾਜੀ ਕੰਮ ਕਰਦੇ ਟੁੱਟ ਗਿਆ ਉਹ ਜੇ ਕੰਮ ਕਰਦਾ ਟੁੱਟ ਜਾਂਦਾ ਭਾਜੀ ਨੁਕਸਾਨ ਬੜੇ ਬੜੇ ਹੋ ਜਾਂਦੇ ਆ ਹਾਂ ਅੱਛਾ ਨੁਕਸਾਨ ਤੋਂ ਨਹੀਂ ਘਬਰਾਈਦਾ ਹੁੰਦਾ ਘਬਰਾਉਣਾ ਪੈਂਦਾ ਹੈ ਭਾਜੀ ਅੱਜ ਦੇ ਦੌਰ ਦੇ ਵਿੱਚ ਨਾ ਬੱਚਿਆਂ ਵਾਸਤੇ ਰਿਜ਼ਕ ਕਮਾਉਣਾ ਬਹੁਤ ਮੁਸ਼ਕਲ ਹੋਇਆ ਭਾਜੀ ਵਾਕਿਆ ਬਹੁਤ ਮੁਸ਼ਕਲ ਹੋਇਆ ਇਹ ਸਾਨੂੰ ਪਤਾ ਆ ਅਸੀਂ ਕਿੱਦਾਂ ਆਉਂਦੇ ਆ ਤੇ ਕਿੱਦਾਂ ਜਾਂਦੇ ਆ ਬਿਜਲੀ ਦੇ ਬਿੱਲ ਨਹੀਂ ਮਾਨ ਭਾਜੀ ਨਹੀਂ ਤੁਸੀਂ ਕਿੱਦਾਂ ਉਹਨੇ ਕਿੱਦਾਂ ਜਾਂਦੇ ਕੋਈ ਸੜਕ ਟੁੱਟੀ ਇਲਾਕੇ ਦੀ ਭਾਜੀ ਸੜਕ ਟੁੱਟੀ ਕਿੱਦਾਂ ਨਹੀਂ ਗੱਲ ਕਰੀ ਜਾਂਦੇ ਸੀ ਜਨਾਜ਼ਾ ਲੈ ਕੇ ਆਉਣ ਡਏ ਨਹੀਂ ਤੁਸੀਂ ਕਹਿੰਦੇ ਵੀ ਬੜਾ ਜਨਾਜ਼ਾ ਕਰੀ ਤਾਂ ਹੋ ਜਾਂਦਾ ਕਰੀ ਥੱਲੇ ਨੂੰ ਹੋ ਜਾਂਦਾ ਹੈ ਤੁਸੀਂ ਕਹਿੰਦੇ ਆਉਣਾ ਜਾਣਾ ਔਖਾ ਮੈਂ ਕਿਹਾ ਪਤਾ ਨਹੀਂ ਕਿੱਥੇ ਨਹੀਂ ਆਉਣਾ ਜਾਣਾ ਕਾਹਦੇ ਔਖਾ ਹੈ ਅੱਛਾ ਜੀ ਵੈਸੇ ਤੁਹਾਨੂੰ ਦੱਸ ਰਹੇ ਆ ਵੀ ਹਾਲਾਤ ਬੜੇ ਨਾਗਸ ਹੋਏ ਆ ਤੇ ਕਿੰਨਾ ਅਰਸਾ ਹੋ ਗਿਆ ਕੰਮ ਕਰਦੇ ਆ ਤੁਹਾਨੂੰ ਸਾਲ ਤੋਂ ਭਾਜੀ ਹੋ ਗਿਆ ਘਰ ਤੋਂ ਘਰ ਨਹੀਂ 40-45 ਸਾਲ 40-45 ਸਾਲ ਮਾਸ਼ਾਅੱਲਾ ਮਾਸ਼ਾਅੱਲਾ ਫੇਰ ਦਾ ਵਾਵਾ ਤਜਰਬਾ ਅਲਹਮਦੁਲਿਲਾ ਉਦੋਂ ਤੁਸੀਂ ਬਿਲਕੁਲ ਹੀ ਮੇਰੇ ਖਿਆਲ ਛੋਟੇ ਜਿਹੇ ਹੋਣੇ ਜਦੋਂ ਦਾ ਕੰਮ ਨਹੀਂ ਛੋਟੇ ਜਿਹੇ ਅੱਬਾ ਜੀ ਵੀ ਇਹੀ ਕੰਮ ਕਰਦੇ ਦਾਦਾ ਜੀ ਵੀ ਇਹੀ ਕਰਦੇ ਸੀ ਅੱਗੋਂ ਮੇਰੇ ਤਾਏ ਵੀ ਕਰਦੇ ਆ ਅੱਗੇ ਮੇਰੇ ਤਾਏ ਆ ਉਹਨਾਂ ਦਾ ਸ਼ੋਰੂਮ ਆ ਲੱਕੜਾ ਦਾ ਤੁਹਾਡੇ ਤਾਏ ਦਾ ਵੀ ਸ਼ੋਰੂਮ ਆ ਹਾਂ ਮੈਂ ਫਿਰ ਉੱਥੋਂ ਹੋਇਆ ਵਾਂ ਉੱਥੋਂ ਲੈ ਲਈ ਅਸੀਂ ਕੁੱਟਣ ਡਏ ਆ ਤੈਨੂੰ
दुनियादारी बिलकुल सही ठीक है मुकद्दरा च अल्लाह पाक ने रिज़क लिखिया ना ओ सानू हर सूरत मिलना है बिलकुल बिलकुल लपना ही लपना लेकिन इंसानियत ठीक है कि नहीं आए गए मेहमान दी ऑनर होनी चाहिए थी अरे इज्जत करनी चाहिए थी ठीक है सही सही इस वास्ते ना खाना पीना की है नहीं बस मेहरबानी भाई नहीं भाजी इदा नहीं मैं जान देना नहीं बस मेहरबानी भाजी हैं मेहरबानी बस तू कहता हो गया नहीं इदा नहीं फिर तो इदा करो तुसी सोडा मंगावा तेरे लिए नहीं नहीं सोडा नहीं फिर चाय मंगा लो चाय मंगा ले हां चाय पीने को दिल करदा जा इदा कर और शफी को जा अच्छा उठ जाके तीन के चावा फल लिया एक आप पी ले भी एक मेली ले जा छेती है ते चीनी हल्की रखाई जरा पति तेज होवे मीठा हल्का होवे पति तेज मीठा हां ते जल्दी आई मेरा वीर पाजी दे मजाज दी चाह ला के आवी हां पाजी मैं वैसे चाय पीना घट ही है लेकिन चाय चंगी बनाऊंगा हां नहीं तुसी क्या हो ते मैं कहा भी चल यार पी ले सुदा हैगा चाय वाला अच्छा जी चंगी चाय बनाऊंदा है सुदा चाय वाला अपने को सारिया पी हां जी हां जी वेरी गुड भाजी संदल दी लकड़ भी पई अपने पई है लेकिन होनी थोड़ी है थोड़ी होनी थोड़ी वो कोई रौला नहीं संदल की लकड़ था ना उबाल के ना शरबत पिया करो संदल का शरबत बहुत अच्छा होता वो सीना खोलता भाई सीना खोलता सीना खोलने वास्ते पींदे नहीं नहीं मैं वैसे नहीं कह रहे थे मैं उधर ले आना आ रहे थे तो ले रहे थे सीना वैसे खोल देने सारा मेनू चलो स्प्राइट लाओ ਸਪਰੈਡ ਵੀ ਨਹੀਂ ਚੱਲਦੀ ਇਸ ਇਲਾਕੇ 'ਚ ਕੋਈ ਦੁਕਾਨ ਚੱਲਦੀ ਪਲੇ ਦੱਸੋ ਲੈਵਨ ਚੱਲਦੀ ਲੈਵਨ ਹੈ ਲੈਵਨ ਲਾਈ ਹੈ ਲੈਵਨ ਲਾਈ ਉਹ ਵੀ ਸਹੀ ਹੈ ਲੈਵਨ ਸੋਡਾ ਹਾਂ ਲੈਵਨ ਸੋਡਾ ਉਹ ਲੈ ਉਹ ਵੀ ਲੈ ਤੇ ਲੈ ਆਉਂਦਾ ਉਹਨੂੰ ਕਿ ਹਲਕਾ ਜਿਹਾ ਨਾ ਕਾਲੀ ਆਲਾ ਦੇ ਮੁੰਡਾ ਗਿਆ ਆ ਆ ਜਾਂਦਾ ਆ ਜਾਂਦਾ ਸ਼ਾਮ ਨੂੰ ਉਹਨੇ ਆ ਜਾਣਾ ਹੈ ਤਾਂ ਲੈਵਨ ਸੋਡਾ ਪਲਾ ਦੇਵਾਂਗੇ ਤੇ ਮੈਂ ਇਹਨਾਂ ਕੇ ਸ਼ਾਮ ਤੱਕ ਸੋਡੇ ਦਾ ਇੰਤਜ਼ਾਰ ਕਰਾਂ ਨਹੀਂ ਨਹੀਂ ਕੋਈ ਨਹੀਂ ਜੇ ਪੀਣਾ ਤਾਂ ਬਹਿ ਜਾਈਏ ਜੇ ਨਹੀਂ ਤਾਂ ਫਿਰ ਤੁਹਾਡੀ ਮਰਜ਼ੀ ਹਲੇ 4 ਘੰਟੇ ਸ਼ਾਮ 'ਚ ਪਏ ਤੇ ਫਿਰ ਆਹ ਤੂੰ ਭਾਜੀ 4 ਘੰਟੇ ਐ ਵੀ ਗੁਜ਼ਰ ਜਾਣੇ ਆ ਜਾਦੀ ਉਹਨੇ ਆ ਜਾਣਾ ਅੱਡਾ ਲਾ ਲੈਣਾ ਤੇ ਮੈਂ ਕਿਹੜਾ ਫਿਲਮ ਦੇਖਣ ਦੇ ਵੀ 4 ਘੰਟੇ ਲੰਘ ਜਾਣੇ ਉਦੋਂ ਕਰ ਨਾ ਆਵੇ ਛੁੱਟੀ ਹੋ ਜੇ ਫੇ ਨਹੀਂ ਨਹੀਂ ਆ ਜਾਂਦਾ ਉਹ ਆ ਜਾਂਦਾ ਤੇ ਜਿਹੜੀ ਚੀਜ਼ ਆਸਾਨੀ ਨਾਲ ਲੱਭਦੀ ਉਹ ਮੰਗਾ ਲਓ ਕੋਈ ਆਸਾਨੀ ਨਾਲ ਭਾਜੀ ਹੁਣ ਇਹ ਹੀ ਆ ਵੀ ਰੋਟੀ ਖਾ ਲਓ ਹਾਂ ਨਹੀਂ ਰੋਟੀ ਨਹੀਂ ਖਾਣੀ ਮਿਹਰਬਾਨੀ ਤੁਹਾਡੀ ਤੁਸੀਂ ਤੁਸੀਂ ਸਲਾਹ ਮਾਰੀ ਤਾਂ ਇਹ ਹੀ ਕਾਫੀ ਹੈ ਰੋਟੀ ਨਹੀਂ ਖਾਣੀ ਰੋਟੀ ਮੈਂ ਖਾ ਕੇ ਆਇਆ ਉਹ ਚਾਹ ਸੀ ਮੈਂ ਕਿਹਾ ਵੀ ਚਲੋ ਪੀ ਲਾਂਗੇ ਲੇਕਿਨ ਤੁਸੀਂ ਤਾਂ 750 ਦੇਣਾ ਵਾ 7 ਅਪ ਤੁਹਾਡੇ ਲਾਗੇ ਵੈਸੇ ਨਹੀਂ ਲੱਭਦੀ ਇਸ ਇਲਾਕੇ 'ਚ ਨਹੀਂ ਪੀਂਦੇ ਭਾਜੀ ਤੇ ਕਿਤੇ ਹੋਰ ਜਗ੍ਹਾ ਤੇ ਲੈ ਲਓ ਆਹ ਵਰਕਸ਼ਾਪ ਜਿਹੜੀ ਬਣਾਈ ਮੈਂ ਹੁਣ ਕਿੱਥੇ ਸਾਰਾ ਕੁਝ ਲੱਦ ਕੇ 7 ਅਪ ਦੀ ਖਾਤਰ ਲੈ ਜਾਵਾਂ 7 ਅਪ ਕਿਹੜੀ ਮੇਰੀ ਭਰਜਾਈ ਹੈ ਵੀ ਮੈਂ ਉਹਦਾ ਖਿਆਲ ਕਰਨਾ ਵੀ ਕਿਸੇ ਪਾਸੇ ਦੌੜ ਨਾ ਜਾਵੇ ਆਹੋ ਵੀ 7 ਅਪ ਮੇਰੀ ਭਾਣਜੀ ਹੈ ਮੈਂ ਉਹਦੇ ਆਲੇ ਦੁਆਲੇ ਫਿਰੀ ਜਾਵਾਂ ਨਹੀਂ ਨਹੀਂ ਮੈਂ ਐਡਾ ਸੈਟਅਪ ਚੁੱਕ ਕੇ 7 ਅਪ ਵਾਲੇ ਇਲਾਕੇ ਕਿੱਦਾਂ ਲੈ ਜਾਵਾਂ ਯਾਰ ਚਲੋ ਮੈਂ ਤਾਂ ਤੈਨੂੰ ਮਸ਼ਵਰੇ ਦਿੱਤਾ ਲੜੋ ਚਾਹ ਤੁਹਾਨੂੰ ਪਲਾ ਦਿੰਦੇ ਆ ਉਹਨੂੰ ਨਾ ਆਪਣੋਂ ਕਹਿ ਕੇ ਮੇਰੇ ਖਾਤੇ 'ਚ ਤੁਗਾ ਦੇ ਦੇ ਆਹੋ ਜਾ ਚੀਨੀ ਹਲਕੀ ਪੱਤੀ ਤੇ ਆ ਫਿਰ ਆਉਂਦੇ ਆ ਨਾ ਭਾਜੀ ਵੀ ਆਏ ਆ ਤੇ ਮੇਰੇ ਕੋਲ ਹਿਸਾਬ ਦਾ ਪੈਸਿਆਂ ਦਾ ਲਾਉਂਦੇ ਇਹ ਸੁਦਾ ਤੁਹਾਡੀ ਮੰਨ ਲੈਂਦੇ ਸਾਰੇ ਲੈ ਆ ਫਿਰ ਜਾ ਮੈਂ ਬੁਲਾਉਂਦਾ ਨਹੀਂ ਭਾਜੀ ਸੁਦੇ ਨੂੰ ਬੁਲਾਉਂਦੇ ਨਹੀਂ ਸੁਦੇ ਨੂੰ ਮੈਂ ਨਹੀਂ ਬੁਲਾਉਂਦਾ ਨਹੀਂ ਸੁਦਾ ਅੱਛਾ ਅੱਛਾ ਨਹੀਂ ਵੈਸੇ ਬਣਾ ਕੇ ਰੱਖਿਆ ਕਰੋ ਜਿਹੜਾ ਉਹਨੂੰ ਕਹੇ ਮੱਖੀਆਂ ਵਾਲਾ ਦੁੱਧ ਨਾ ਦਵੇ ਕੱਲ ਵੀ ਮੱਖੀਆਂ 6-7 ਭੇਜਦੀਆਂ ਵੇਚੀ ਅੱਛਾ
नहीं नहीं और गल है भाजी, ओए ओ जा ले आ जल्दी आ, आहो छेती ले आ यार। अच्छा जी, ਉਹ ਨਾ ਦੁੱਧ ਵਿੱਚ ਅਚਾਨਕ ਨਾ ਕੱਲ ਮੰਗਵਾਇਆ ਤੇ ਉਹਦੇ ਵਿੱਚ ਹੀ ਪੰਜ ਸੱਤ ਕਿਲੋ ਦੁੱਧ ਸੀ ਉਹਦੇ ਵਿੱਚ ਪਿਆ। ਅੱਛਾ ਬਾਲਟੀ ਉਹਦੇ ਵਿੱਚ 15-16 ਉਹ ਕੀ ਨਾਂ ਲਈਦਾ ਚਾਵਾਂ ਬਣੀਆਂ। ਅੱਛਾ 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 ਦੁੱਧ ਪੱਤੀ। ਹਾਂ ਦੁੱਧ ਪੱਤੀ ਨਹੀਂ ਇੰਨਾ ਕੀ ਬਣਦਾ। ਤੇ ਉਹ ਜਦ ਮੈਂ ਵੇਖਿਆ ਮੈਂ ਕਿਹਾ ਯਾਰ ਇਹਦੇ ਕੋਲ ਅੱਜ ਤੋਂ ਬਾਅਦ ਚਾਹ ਨਹੀਂ ਪੀਣੀ ਹੈਗੀ। ਕੀ ਸੀ ਵਿੱਚ ਉਹਦੇ? ਚਾਹ ਨਹੀਂ ਲੇਟ ਬਹੁਤ ਕਰਦਾ। ਅੱਛਾ ਲੇਟ ਕਰਦਾ। ਹਾਂ ਅੱਛਾ ਅੱਛਾ ਨਹੀਂ ਕੋਈ ਨਹੀਂ ਆ ਜਾਏਗਾ। ਅੱਛਾ ਮੈਨੂੰ ਭਾਜੀ ਇਹ ਦੱਸੋ ਇਹ ਜਿਹੜੀ ਲੱਕੜ ਇਸ ਟਾਈਮ ਤੁਹਾਡੇ ਕੋਲ ਮੌਜੂਦ ਭਾਜੀ? ਮਜ਼ਬੂਤ ਲੱਕੜ ਆ ਗਈ ਹੈ, ਤੁਸੀਂ ਆਰਡਰ ਕਰਨਾ ਹੈ ਅੱਲਾ ਦੀ ਰਹਿਮਤ ਨਾਲ ਜਿੱਥੋਂ ਮਰਜ਼ੀ ਪੁੱਛ ਲਓ, ਫਰਨੀਚਰ ਸਾਡਾ ਇੱਕ ਨੰਬਰ ਆਉਂਦਾ। ਜਿਹੜੀ ਚੀਜ਼ ਤੁਸੀਂ ਬਣਾਉਣੀ ਹੈ ਨਾ ਅਲਹਮਦੁਲਿਲਾ ਮਜ਼ਬੂਤ ਹੋਏਗੀ। ਨਹੀਂ ਚਾਹੀਦੀ ਵੀ ਮਜ਼ਬੂਤ ਹੀ। ਹਾਂ ਮਜ਼ਬੂਤ ਹੋਏਗੀ ਚੀਜ਼। ਔਰ ਦੂਸਰੀ ਗੱਲ ਹੈਗੀ ਹੈ ਕਿ ਲੱਕੜ ਜਿਹੜੀ ਹੈ ਨਾ ਘੱਟ ਕਿਸੇ ਕੋਲ ਏਦਾਂ ਦੀ ਲੱਕੜ ਹੋਏਗੀ ਜਿੱਦਾਂ ਸਾਡੇ ਕੋਲ। ਨਹੀਂ ਮੈਂ ਦੇਖਿਆ ਮਾਸ਼ਾਅੱਲਾ ਕਾਫੀ। ਹਾਂਜੀ ਹਾਂਜੀ ਰੌਣਕ ਲੱਗੀ। ਹਾਂਜੀ ਭਾਈ ਇਹ ਫੱਟਾ ਕਿੰਨੇ ਦਾ? 3500 ਦਾ ਜੀ। 3500 ਦਾ? ਹਾਂਜੀ। ਯਾਨੀ ਫੱਟਾ ਤੇ ਮਜ਼ਬੂਤ ਆ? ਮਜ਼ਬੂਤ ਆ ਭਾਜੀ ਤੇ। ਅੱਛਾ ਫੱਟਾ ਮਜ਼ਬੂਤ ਆ। ਆ ਗਈ ਚਾਹ? ਉਹ ਸਾਜ ਮੈਂ ਗਿਆ ਕੋ ਉਹਨੇ ਚਾਵਾਂ ਬਣਾ ਲਈਆਂ। ਅੱਛਾ ਤੇ ਲੈ ਫੜ ਲੈ ਹੁਣ ਅਸੀਂ ਆਉਂਦਾ ਹੋਇਆ। ਉਹਦਾ ਮੁੰਡਾ ਆ ਗਿਆ। ਮੁੰਡੇ ਤੇਰਾ ਸਿੱਟ ਕੇ ਆਇਆ ਕਰ, ਮੁੰਡੇ ਨੂੰ ਕਹਿ ਆਪ ਲੈ ਆਉਣ ਜੀ ਫੜ ਕੇ। ਨਹੀਂ ਉਹਦਾ ਮੁੰਡਾ ਆ ਗਿਆ ਨਾ। ਅੱਛਾ ਤੇ ਮੈਂ ਕੋ ਚਾਵਾਂ ਲਿਆਣ ਲੱਗਾ, ਕਹਿੰਦਾ ਪੈਸੇ ਲੈ ਲਏ ਆ? ਕਹਿੰਦਾ ਨਹੀਂ, ਕਹਿੰਦੇ ਕੁਝ ਅੱਗੇ ਅਗਲਾ 1600 ਲੈਣਾ। ਮੈਂ ਕਿਹਾ ਯਾਰ ਮੈਂ ਦੇ ਦੇਵਾਂਗਾ, ਕੋਈ ਐਸੀ ਗੱਲ ਨਹੀਂ ਹੈਗੀ, ਨਹੀਂ ਚਾਵਾਂ ਫੜ ਕੇ ਰੱਖ। ਉਹ ਕੋਈ ਨਹੀਂ ਉਹ ਭਾਜੀ ਮੈਂ ਲੇਟ ਕਰ ਦੀਦਾ। ਹੋਰ ਕੋਈ ਗੱਲ? ਉਧਾਰ ਤੇ ਕਾਹਦੇ ਪਲੀ ਜਾਂਦੇ? ਪੂਰਾ ਫੈਸਲਾ ਬਾਅਦ ਲਿਆ ਆਧਾਰ ਤੇ ਕਿਹੜੀ ਇੱਥੇ ਇੰਜਣ ਲਿਆ ਕੇ ਰੱਖ ਲਿਆ ਸੀ? ਵੱਡੀਆਂ ਗੱਡੀਆਂ ਨੇ ਇੰਜਣ ਲੈ ਕੇ ਆ ਗਏ, ਗਲਤ ਗੱਲ ਨਾ ਕਰਿਆ ਕਰੋ। ਅੱਛਾ ਲੱਕੜ ਹਾਜ਼ਰ ਆ ਆਪਣੇ ਕੋਲ ਸਾਰੀ ਹੁਣ? ਲੱਕੜ ਹਾਜ਼ਰ ਆ ਭਾਜੀ, ਲੱਕੜ ਡਿੱਗੀ ਆ ਅਸੀਂ ਚੁੱਕਣਾ ਉਹਨੂੰ ਜਾ ਕੇ, ਠੀਕ ਹੈ ਕਿ ਨਹੀਂ? ਲੇਕਿਨ ਲੱਕੜ ਮਜ਼ਬੂਤ ਆ। ਇਹ ਫੱਟਾ ਕਾਹਦ ਨਾਲ ਜੋੜਿਆ ਤੁਸੀਂ? ਇਹ ਭਾਜੀ ਲੇਵੀ ਲਾ ਕੇ ਜੋੜਿਆ ਆ। ਉਹ ਨਹੀਂ ਭਾਜੀ ਮੈਂ ਲੇਵੀ ਨਾ। ਤੇ ਫਿਰ ਤੁਹਾਨੂੰ ਨਹੀਂ ਪਤਾ ਵੀ ਕਿਲ ਕੁਲ ਹੀ ਲੱਗਦੇ ਆ, ਹੋਰ ਇਹਨਾਂ ਨੂੰ ਕੀ ਲੱਗਣਾ ਹੈ? ਕਿਲ ਕੁਲ ਮੌਜ ਦੇ ਰਹੇ ਨਾ, ਮਜ਼ਬੂਤ ਮਜ਼ਬੂਤ ਆ ਭਾਜੀ, ਟੱਕਰ ਮਾਰ ਕੇ ਵੇਖ ਲਓ ਹੱਦ ਹੋ ਗਈ ਆ ਭਰਾਵਾ। ਚਾਵਾਂ ਤੈਨੂੰ ਉਹ ਨਹੀਂ ਧਾਰ ਦੇਣ ਡਿਆ ਲੜੀ, ਤੂੰ ਮੇਰੇ ਨਾਲ ਜਾਣ ਡਿਆ? ਧਾਰ ਦੀ ਕਿਹੜੀ ਗੱਲ ਆ ਭਾਜੀ, ਅਸੀਂ ਲਈਏ ਨਾ ਲਈਏ ਤੁਹਾਡਾ ਵਿੱਚ ਕੀ ਤਲਕ ਹੋਇਆ? ਤੇ ਮੈਨੂੰ ਕੱਲ ਹੀ ਬਿਠਾਇਆ ਵੀ ਚਾਹ ਦੇ, ਕੱਲ ਹੀ ਤੁਸੀਂ ਚਾਹ ਪੀਣ ਹੀ ਆਏ ਸਾਡੇ ਕੋਲ। ਚਾਹ ਦੀ ਕਿਹੜੀ ਗੱਲ ਆ ਤੁਸੀਂ ਭਾਜੀ, ਚਾਹ ਪੀਣੀ ਤੇ ਕੋ ਘਰੋਂ ਮੁਕਾਲੇ ਤੇ ਆ ਦੇ ਯਾਰ ਫੋਨ ਉਰੇ, ਘਰ ਆਪਣਾ ਕਿਤੇ ਲੱਗ ਗਈ ਆ, ਸਾਹਮਣੇ ਘਰ ਆ ਭਾਜੀ, ਤੇ ਉੱਥੇ ਜਾ ਕੇ ਪੀ ਲੈਂਦੇ ਆ। ਤੁਹਾਡੀ ਭਰਜਾਈ ਐਡੀ ਸੋਹਣੀ ਚਾਹ ਬਣਾਉਂਦੀ ਆ, ਉਹ ਵੀ ਫੱਟਾ ਲਾਉਂਦੀ ਰਹੀ। ਚੀਨੀ ਹਲਕੀ ਪੱਤੀ ਤੇਜ਼, ਚੀਨੀ ਤੁਸੀਂ ਵੀ ਘੱਟ ਪੀਆ ਕਰੋ, ਆ ਮੋਟਾਪਾ ਕਰਦੀ ਆ। ਹੈਲੋ ਆ ਸ਼ੈਦੋ। ਅੱਛਾ ਮਹਿਮਾਨ ਆਇਆ ਤੇ ਕਸਟਮਰ ਆਪਣੇ ਆਏ ਬੜੀ ਦੂਰੋਂ, ਫਸਟ ਕਲਾਸ ਦੇ 4 ਕੱਪ ਨਾ ਚਾਹ ਦੇ ਭੇਜ ਦੇ। ਹੈ ਪੱਤੀ ਤੇ ਨਹੀਂ ਬਣਾਉਣੀ ਤੇ ਨਾ ਬਣਾ, ਗਾਲਾਂ ਕੱਢਣ ਦੀ ਕਿਹੜੀ ਜ਼ਰੂਰਤ ਆ? ਨਹੀਂ ਤੈਨੂੰ ਗਾਲਾਂ ਕੱਢਣ ਦੀ ਕਿਹੜੀ ਜ਼ਰੂਰਤ ਆ? ਹੈ ਮੂੰਹ ਸੰਭਾਲ ਕੇ ਗੱਲ ਕਰ, ਆਪ ਹੋਇਆ ਜੀ ਕੀ ਕਹਿਣ ਡਈ? ਵੇਖ ਲਾ ਹੁਣ, ਵੇਖ ਗਾਲ ਕੱਢੀ ਜੇ ਮੈਨੂੰ, ਮੈਂ ਆਉਣਾ ਆ, ਮੈਂ ਆਉਣਾ ਆਉਣਾ ਮੈਂ ਗਾਲਾਂ ਕੱਢਦੀ ਸੀ ਉਹ ਮਸ਼ੀਨ ਚ। ਗਾਲਾਂ ਤੁਹਾਨੂੰ ਧੋ ਕੇ ਕੱਢਦੀ ਸੀ ਉਹ ਮਸ਼ੀਨ ਚ?
ਗਾਲਾਂ ਤੇ ਗਾਲਾਂ ਹੀ ਹੁੰਦੀਆਂ ਨਹੀਂ ਉਦਾਂ ਸਾਫ ਸੁਥਰੀਆਂ ਗਾਲਾਂ ਕੱਢਦੀ ਜੇ ਸਾਫ ਸੁਥਰੀਆਂ ਗਾਲਾਂ ਹਾਂ ਪਿਆਰ ਦੀ ਸ਼ਾਦੀ ਹੈ ਨਾ ਭਾਜੀ ਪਿਆਰ ਦੀ ਸ਼ਾਦੀ ਸੀ ਹਾਂ ਉਹ ਮੈਂ ਸਦਕੇ ਜਾਵਾਂ ਹਾਂ ਆ ਮੇਰਾ ਸਾਲਾ ਹੀ ਆ ਅੱਛਾ ਜੀ ਇਹ ਚੰਗਾ ਮੇਰੇ ਨਾਲ ਇਹ ਠੀਕ ਆ ਹਾਂ ਇਹ ਤਾਂ ਨਾਲ ਸੈੱਟ ਹੋ ਗਿਆ ਵਾ ਇਹ ਮੇਰੇ ਨਾਲ ਹੀ ਇਹ ਕੰਮ ਕਰਦਾ ਇਹ ਭਾਵੇਂ ਜਿੱਦਾਂ ਮਰਜ਼ੀ ਉਹ ਗਾਲਾਂ ਗੁਲਾ ਕੱਢੀ ਜਾਵੇ ਇਹ ਨਹੀਂ ਮੇਰੇ ਕੋਲ ਜਾਂਦਾ ਅੱਛਾ ਇਹ ਛੋਟਾ ਜਿਹਾ ਹੁੰਦਾ ਸੀ ਮੈਂ ਹੀ ਪਾਲਿਆ ਸੀ ਕੁੱਤਾ ਵਾ ਇਹ ਕਿਸਮ ਹੈ ਇਹ ਤੁਸੀਂ ਕਿਉਂ ਪਾਲਿਆ ਕੁੱਤਾ ਜੋ ਤੁਹਾਡਾ ਪੌਂਜਾ ਫੜ ਲਿਆ ਉਹਨੇ ਆਉਂਦੇ ਤੁਸੀਂ ਕਿਹੜੇ ਕੰਮੀ ਲੱਗੇ ਕਿਹੜੇ ਕੰਮ ਨੂੰ ਤੁਸੀਂ ਕਰਨ ਦਾ ਹੈ ਉਹ ਕੁੱਤਾ ਨਜ਼ਰ ਆਉਂਦਾ ਹੈ ਵੀ ਉਹ ਕੁੱਤਾ ਆ ਤੁਸੀਂ ਦੇਖੋ ਨਹੀਂ ਦੱਸੋ ਆ ਕੁੱਤਾ ਆ ਆ ਕੁੱਤੇ ਇਦਾਂ ਦੇ ਹੁੰਦੇ ਆ ਹੈ ਜਦ ਮੈਨੂੰ ਦੱਸ ਵੀ ਕੁੱਤੇ ਇਦਾਂ ਦੇ ਹੁੰਦੇ ਆ ਉਹ ਹੱਥ ਤੇ ਤੁਸੀਂ ਮੇਰੇ ਨਾਲ ਨਾ ਕਰੋ ਫਿਰ ਖਿਜਾਉਣ ਵਾਲੀ ਗੱਲ ਕਰਦਾ ਆ ਫੋਨ ਖੁੱਲੇ ਛੱਡਿਆ ਵਾ ਫੋਨ ਖੁੱਲਾ ਹੀ ਆ ਹਾਂ ਬੰਦ ਕਰ ਦਿੱਤਾ ਹੁੰਦਾ ਵਾ ਹਾਂ ਸ਼ੈਡੋ ਨਹੀਂ ਤੇਰੇ ਭਰਾ ਨੂੰ ਤਾਂ ਨਹੀਂ ਕੁੱਤਾ ਕਹਿਣ ਡਿਆ ਓਏ ਆ ਤਾਂ ਕੁੱਤਾ ਬੰਨਿਆ ਆ ਆਪਣਾ ਨਹੀਂ ਤੇ ਹੁੰਦਾ ਜਿਹੜਾ ਤੇਰੇ ਭਰਾ ਨੂੰ ਮੈਂ ਕਹਿ ਸਕਦਾ ਗਾਲ ਨਾ ਕੱਢ ਤੈਨੂੰ ਮੈਂ ਦੱਸ ਦਵਾਂ ਗਾਲ ਨਾ ਕੱਢ ਤੇਰਾ ਮੈਂ ਆ ਕੇ ਇਲਾਜ ਕਰਦਾ ਹਾਂ ਮੈਂ ਵੀ ਨਹੀਂ ਖਰਚਾ ਭੇਜਣਾ ਜਾ ਫਿਰ ਮੈਂ ਵੀ ਨਹੀਂ ਭੇਜਣਾ ਖਰਚਾ ਬੈਠੀ ਰਹੇ ਜੀ ਅੱਜ ਇਹ ਸ਼ਾਇਦ ਉਹ ਗਾਲਾਂ ਫੇਰ ਕੱਢਣ ਡਈ ਆ ਨਹੀਂ ਉਹ ਕਿਹੜਾ ਗੰਦੀਆਂ ਕੱਢਦੀ ਆ ਨਹੀਂ ਇਹ ਮਾਰਕੀਟ 'ਚ ਕਿਤੇ ਨਵੀਆਂ ਗਾਲਾਂ ਆ ਗਈਆਂ ਗਾਲਾਂ ਹੁੰਦੀਆਂ ਗੰਦੀਆਂ ਵਾ ਉਹ ਭਾਜੀ ਪਤਾ ਕੀ ਆ ਬਸ ਗੱਲ ਅੱਛਾ ਹੁਣ ਤੁਸੀਂ ਇਹ ਦੱਸੋ ਲੱਕੜ ਕਿਹੜੀ ਪਸੰਦ ਕਰੋ ਲੱਕੜ ਪਸੰਦ ਕਰ ਲੈਣੇ ਆ ਜਿਹੜਾ ਛੋਟੇ ਸਟੂਲ ਆ ਕਿੰਨੇ ਦਾ ਤਿਆਰ 1800 ਦਾ ਭਾਜੀ ਅੱਛਾ ਭਾਜੀ ਲੱਕੜ ਦੀ ਤੁਸੀਂ ਕਿਹੜੀ ਕਿਹੜੀ ਸ਼ਿਆ ਤਿਆਰ ਕਰ ਲੈਂਦੇ ਆ ਲੱਕੜ ਦਾ ਭਾਜੀ ਫਰਨੀਚਰ ਤਿਆਰ ਕਰ ਲਈਦੀ ਹੈ ਪੂਰਾ ਫਰਨੀਚਰ ਹੁੰਦਾ ਆ ਜਿਹੜਾ ਮਤਲਬ ਪੂਰਾ ਸੈੱਟ ਹੁੰਦਾ ਉਹ ਤਿਆਰ ਕਰ ਲੈ ਫੱਟੇ ਕਰ ਲਈਦੇ ਡੋਲੀਆਂ ਕਰ ਲਈਦੀ ਹੈ ਕਬੂਤਰਾਂ ਦੇ ਖੁੱਡੇ ਛੁੱਡੇ ਅੱਛਾ ਅੱਛਾ ਠੀਕ ਹੈ ਕਿ ਨਹੀਂ ਤੇ ਪੇਟੀਆਂ ਅੱਛਾ ਤੁਸੀਂ ਖੁੱਡਾ ਅੱਛਾ ਤਿਆਰ ਕਰ ਲੈਂਦੇ ਆ ਖੁੱਡਾ ਵੀ ਅੱਛਾ ਤਿਆਰ ਕਰ ਲੈਂਦੇ ਇਹਨੂੰ ਤਾਂ ਤਾੜੋ ਫਿਰਦੇ ਜੀ ਤਾੜੋ ਕੀ ਕੱਪੜੇ ਪਾੜਦੇ ਤੁਹਾਡੇ ਨਹੀਂ ਮੈਂ ਕਹਾਂ ਵੀ ਇਹਨੂੰ ਆ ਵੀ ਉਹ ਬਾਂਦਰ ਆ ਤੇਰੇ ਕੱਪੜੇ ਪਾੜਦੇ ਅੱਛਾ ਮੈਨੂੰ ਇਹ ਦੱਸੋ ਲੱਕੜ ਦਾ ਤੁਸੀਂ ਘੋੜਾ ਬਣਾ ਲੈਂਦੇ ਹੈ ਲੱਕੜ ਦਾ ਘੋੜਾ ਬੜਾ ਬਣਾ ਲੈਂਦੇ ਹੋ ਲੱਕੜ ਦਾ ਘੋੜਾ ਨਹੀਂ ਸਾਨੂੰ ਲੱਕੜ ਸਾਡੇ ਕੋਲ ਹੈ ਆ ਅੱਛਾ ਜੀ ਤੇ ਘੋੜਾ ਤੁਸੀਂ ਆਪ ਬਣਾਉਣਾ ਤੁਸੀਂ ਉਹ ਤਾਂ ਨਹੀਂ ਜਿਹੜੇ ਵਿੱਚ ਵੜ ਕੇ ਨੱਚਦੇ ਹੋ ਕਰਕੇ ਹੈ ਨਹੀਂ ਭਾਈ ਮੈਂ ਤਾਂ ਵੈਸੇ ਪੁੱਛਿਆ ਵੀ ਲੱਕੜ ਦੇ ਥੱਲੇ ਇੱਕ ਝਜਰਾ ਜਿਹਾ ਬੰਨਿਆ ਹੁੰਦਾ ਗਲਾਰਾ ਜਿਹਾ ਪਾਇਆ ਹੁੰਦਾ ਢੋਲ ਅੱਗੇ ਵੱਜਣ ਡਿਆ ਹੁੰਦਾ ਤੇ ਤੁਸੀਂ ਐ ਚੁੱਕ ਕੇ ਕਰਦੇ ਨਹੀਂ ਨਹੀਂ ਮੈਂ ਵੈਸੇ ਪੁੱਛਿਆ ਤੁਸੀਂ ਮੈਂ ਕਿਹਾ ਬਣਾ ਲੈਣੇ ਅਕਸਰ ਦੁਕਾਨਾਂ ਵਾਲੇ ਬਣਾ ਵੀ ਦਿੰਦੇ ਆ ਨਾ ਨਹੀਂ ਘੋੜੇ ਤੁਹਾਨੂੰ ਤਾਂ ਤਾਰੇ ਚਾਹੀਦੇ ਆ ਨਾ ਇਹ ਕੰਮ ਤਾਂ ਨਹੀਂ ਕਰਦੇ ਢੋਲ ਅੱਗੇ ਨਹੀਂ ਭਾਜੀ ਨਹੀਂ ਕਰਦਾ ਮੈਂ ਤਾਂ ਫਿਰ ਤੁਹਾਨੂੰ ਘੋੜੇ ਦੀ ਕਿੱਥੇ ਜ਼ਰੂਰਤ ਪੈ ਗਈ ਮੈਂ ਵੈਸੇ ਪੁੱਛਿਆ ਹੀ ਆ ਅੱਛਾ ਤੁਹਾਨੂੰ ਚਾਹੀਦੇ ਭੂੜੇ ਵਾਲੇ ਉਹ ਜਿਹੜਾ ਘੋੜਾ ਸੰਗਲ ਇਧਰ ਬੰਨਿਆ ਹੁੰਦਾ ਘੁੰਮਦੇ ਹੁੰਦੇ ਆ ਉਹ ਨਹੀਂ ਨਹੀਂ ਮੈਨੂੰ ਚਾਹੀਦੇ ਨਹੀਂ ਮੈਂ ਵੈਸੇ ਪੁੱਛਿਆ ਵੀ ਉਦਾਂ ਦੇ ਘੋੜੇ ਬਣਾ ਲੈਣੇ ਆ ਤੁਸੀਂ ਤੈਨੂੰ ਵੈਸੇ ਪੁੱਛਣ ਦੀ ਕਿਹੜੀ ਜ਼ਰੂਰਤ ਆ ਫਿਰ ਉਹ ਮੈਂ ਕਹਾਂ ਵੀ ਚਲੋ ਅਗਰ ਕੋਈ ਪੁੱਛਦਾ ਵੀ ਕਿੱਥੇ ਬਣਦੇ ਆ ਤੇ ਮੈਂ ਤੁਹਾਡਾ ਐਡਰੈਸ ਦੱਸਾਂ ਭਾਜੀ ਘੋੜੇ ਨਹੀਂ ਅਸੀਂ ਘੋੜੇ ਨਹੀਂ ਬਣਾਉਂਦੇ ਹੈਗੇ ਬਾਕੀ ਸਾਰਾ ਕੰਮ ਕਰ ਲਈਦਾ ਆਪਾਂ ਭਾਜੀ ਘੋੜੇ ਬਣਾ ਲਿਆ ਕਰੋ ਤੁਸੀਂ ਕਿਹੜਾ ਉਹਨਾਂ ਨੂੰ ਪੱਠੇ ਪਾਉਣੇ ਘੋੜੇ ਸਾਡੇ ਵਿਕਦੇ ਹੀ ਨਹੀਂ ਭਾਜੀ ਅਸੀਂ ਘੋੜਾ ਕਰੀ ਬਣਾਇਆ ਹੀ ਨਹੀਂ ਹੈਗਾ ਤਾਂ ਕਿੱਦਾਂ ਅਸੀਂ ਕਰ ਲਈਏ ਤੁਹਾਡਾ ਘੋੜਾ ਨਹੀਂ ਵਿਕਦਾ ਤੁਹਾਡਾ ਘੋੜਾ ਲਿੱਦ ਕਰ ਦਿੰਦਾ ਵੀ ਲੱਕੜ ਦਾ ਘੋੜਾ ਬਣਾ ਉਹਦਾ ਖਰਚਾ ਤੁਸੀਂ ਬਣਾ ਕੇ ਇੱਥੇ ਰੱਖ ਦਿਓ ਵੀਰੇ ਅਸੀਂ ਨਹੀਂ ਬਣਾਉਂਦੇ ਹੈਗੇ ਇਹਦੇ ਵਿੱਚ ਕਿਹੜੀ ਗੱਲ ਆ ਕੋਈ ਲੜਨ ਵਾਲੀ ਗੱਲ ਨਹੀਂ ਬਣਾਉਂਦੇ ਕਿਉਂ ਨਹੀਂ ਤੁਸੀਂ ਇੰਨੀ ਲੱਕੜ ਨਹੀਂ ਬਣਾਉਂਦੇ ਨਹੀਂ ਸਾਡੇ ਵਿਕਦੇ ਹੀ ਨਹੀਂ ਇੱਥੇ ਕਿਸੇ ਨੇ ਕਿਹਾ ਨਹੀਂ ਆ ਪਹਿਲਾ ਹੀ ਬੰਦਾ ਆਇਆ ਜਿਹਨੇ ਘੋੜਾ ਗਿਆ ਆ ਬਣਾ ਦਿਓ ਉਹ ਵਿਕੇ ਤੇ ਤੁਹਾਡੇ ਤਾਂ ਜੇ ਇੱਥੇ ਕੋਈ ਪਿਆ ਹੋਵੇ ਤੇ ਤੁਹਾਡਾ ਕੰਮ ਇੱਥੇ ਘੋੜਾ ਬਣਾ ਕੇ ਰੱਖੋ ਮੇਨ ਰੋਡ ਤੇ ਬੈਠੇ ਲੰਘਦੇ ਵੜਦੇ ਲੋਕ ਵੀਰੇ ਅਸੀਂ ਘੋੜੇ ਨਹੀਂ ਬਣਾਉਂਦੇ ਵੀਰੇ ਆ ਘੋੜੇ ਨਹੀਂ ਬਣਾਉਂਦੇ ਅਸੀਂ ਫਰਨੀਚਰ ਦਾ ਕੰਮ ਕਰਦੇ ਆ ਡੋਲੀਆਂ ਬਣਾ ਲਓ ਸ਼ੋਕੇਸ ਪੂਰਾ ਜਿੱਦਾਂ ਨਿਜ਼ਾਮ ਹੁੰਦਾ ਆ ਠੀਕ ਹੈ ਕਿ ਨਹੀਂ ਕਬੂਤਰਾਂ ਦੇ ਖੁੱਡੇ ਬਣਾ ਲਈਦੇ ਆ ਪੇਟੀਆਂ ਬਣਾ ਲਈਦੀਆਂ ਕੱਪੜੇ ਰੱਖਣ ਵਾਸਤੇ ਬੇਬੀ ਕਾਰਡ ਬੱਚਿਆਂ ਦੇ ਤਿਆਰ ਕਰ ਲਈਦੇ ਆ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਆ ਉਹ ਤਿਆਰ ਕਰੀਦੀਆਂ ਨਹੀਂ ਤੇ ਘੋੜਾ ਕਿਉਂ ਨਹੀਂ ਬਣਾਉਂਦੇ ਤੁਹਾਡੇ ਦਲੱਤੀ ਮਾਰ ਦਿੰਦਾ ਵਾ ਯਾਰ ਕੀ ਤੇਰੇ ਖਾਬ 'ਚ ਆਇਆ ਘੋੜਾ ਵੀ ਸਿਆਣਿਆਂ ਨੇ ਕਿਹਾ ਵੀ ਘੋੜਾ ਮਰਨ ਵਾਲੇ ਨੇ ਵੀ ਘੋੜਾ ਲੈ ਲਾ ਇੱਥੋਂ ਨਹੀਂ ਮੈਂ ਤਾਂ ਤੁਹਾਨੂੰ ਇਹ ਕਿਹਾ ਘੋੜਾ ਘੋੜਾ ਹੀ ਕਰੀ ਜਾਣਦੇ ਆ ਕੋਈ ਜਿਹੜੀ ਚੀਜ਼ ਲੈਣਾ ਉਹ ਦੱਸ ਅਸੀਂ ਬਣਾਈਏ ਸਾਨੂੰ ਹੋਰ ਵੀ ਕੰਮ ਆ ਨਹੀਂ ਘੋੜਾ ਕਿਉਂ ਨਹੀਂ ਬਣਾਉਂਦੇ ਮੈਂ ਪੁੱਛਿਆ ਕਿ ਉਹਨੇ ਟੱਕਰ ਮਾਰਦੀ ਤੁਹਾਡੇ ਘੋੜੇ ਨੇ ਅੱਧ ਹੋ ਗਈ ਆ ਭਾਜੀ ਕਿਉਂ ਨਹੀਂ ਬਣਾਉਂਦੇ ਕੋਈ ਵਜ੍ਹਾ ਕੀ ਪੂਛ ਨਹੀਂ ਬਣਾਉਣੀ ਆਉਂਦੀ ਘੋੜੇ ਦੀ ਕੀ ਵਜ੍ਹਾ ਕੀ ਘੋੜਾ ਨਹੀਂ ਬਣਾਉਂਦੇ ਹੈਗੇ ਭਾਈ ਘੋੜਾ ਨਹੀਂ ਬਣਾਉਂਦੇ ਬਾਂਦਰ ਬਣਾ ਲੈਂਦੇ ਆ ਨਹੀਂ ਸਾਡੇ ਕੋਲ ਬਣਿਆ ਬਣਾਇਆ ਹੈਗਾ ਆ ਉਹ ਜਿਹੜਾ ਬੰਨਿਆ ਸੀ ਪਿੱਛੇ ਉਹਨੇ ਲੈ ਗਿਆ ਉਹ ਆਹੋ ਉਹ ਲੈ ਗਿਆ ਤਮਾਸ਼ਾ ਕਰਦਾ ਸੀ ਨਾ ਮੁੰਡਾ ਅੱਛਾ 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 ਉਹ ਵੀ ਲੈ ਗਿਆ ਅਸਲੀ ਬਾਂਦਰ ਹੀ ਲੈ ਬਾਂਦਰ ਤਾਂ ਅੱਜ ਕੱਲ੍ਹ ਇੱਧਰ ਸਮਝਦਾਰ ਹੋਏ ਆ ਐਨਕਾਂ ਲਾਈਆਂ ਆ ਸਾਫੇ ਬੰਨੇ ਆ ਤੇ ਉਹ ਪਿੱਛੇ ਜਿਹੜੇ ਬੈਠੇ ਆ ਅੱਛਾ ਅੱਛਾ ਉਧਰ ਉਧਰ ਅੱਛਾ ਬਾਂਦਰ ਨੇ ਐਨਕ ਲਾਈ ਸਾਫਾ ਬੰਨੇ ਅੱਛਾ ਹਾਂ ਉਹ ਤਮਾਸ਼ਾ ਤਮੂਸ਼ਾ ਜਿਹੜੇ ਕਰਦੇ ਉਹ ਲਾ ਲੈਂਦੇ ਐਨਕ ਉਹਨੂੰ ਵੀ
साफा भी पीले रंग का बन लेंगे भाजी तुम के काम आए हो काम दसो सा अच्छा भाजी काम ये दियार की लकड़ दुनिया का मकसद ही पैसा बन गया पैसा जेदा पैसा कहते जेदे कर दाने ढिड उन्हां दे पीड़ ये बनती है तुहाडी भाजी ये गाजर ढिड अच्छा गल पता की भाजी दियार दी लकड़ काम करना कर देंगे पैसे की फिक्र नहीं करनी जिन्हें तुसी पैसे कहोगे मैं तुहानू दूंगा नहीं जिन्हें बंदे उन्ने लैने भाजी असीं तुहाडे कोल फालतू लै की करना होवे मजबूत बस इदां दा काम होवे कि लकड़ भार चुक छुके कि 100 किलो भी भार होवे ते टुटे ना ओह ले नहीं मजबूत होएगी भाजी लकड़ और उपर जरा भारी कर लांगे ना हां गिलू ला के किलकू ला के अच्छे मजबूत तरीके नाल जी हां जी हां जी हां जी भाजी अच्छा भाजी दियार दी लकड़ दी पेटी बनाउणी पेटी हां जी 6.5 फुट लंबी तकरीबन 2.5 फुट चौड़ी ओ पेटी ओ नहीं बच्चे ने बेबी कार्ड जे बनदा नहीं 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 ओ नहीं बेबी कार्ड नहीं भाई ओ पेटी नहीं हुंदी अक्सर ਤੁਸੀਂ ਦੇਖਿਆ ਹੋਣਾ ਵੀ ਜਿਸ ਤਰ੍ਹਾਂ ਬਾਹਰੋਂ ਲਾਸ਼ਾਂ ਆਉਂਦੀਆਂ ਵਾ ਉਹ ਲਿਆ ਕੇ ਗੋਰਿਆਂ ਨੇ ਮੋਢੇ ਚੁੱਕਿਆ ਹੁੰਦਾ ਬਕਸੇ ਜੇ ਲਮਲਾ ਹਾਂ ਹਾਂ ਉਹ ਅੰਗਰੇਜ਼ ਲੈ ਫਿਰ ਜਾਂਦੇ ਔਰ ਚੁੱਕਿਆ ਹੁੰਦਾ ਤੇ ਜਾਣ ਲੈ ਹੁੰਦੇ ਬਿਲਕੁਲ ਬਿਲਕੁਲ ਉਹ ਉਹ ਇਦਾਂ ਕਰਕੇ ਲੈ ਜਾਂਦੇ ਹੁੰਦੇ ਹਾਂਜੀ 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 ਉਹ ਹਾਂ ਪਤਾ ਲੱਗ ਗਿਆ ਇਹਦਾ ਮਤਲਬ ਤੁਸੀਂ ਪਹਿਲੇ ਵੀ ਬਣਾਇਆ ਤੁਹਾਡੀ ਵਾਈਫ ਨਹੀਂ ਬਾਜੀ ਫਿਲਮਾਂ ਫੁਲਮਾਂ ਵੇਖਦੇ ਰਹੀ ਤਾਂ ਹਾਂ ਉਹ ਹੀ ਉਹਦੇ ਨਾਲ ਦਾ ਬਣਾਉਣਾ ਅੱਛਾ ਅੱਛਾ ਉਦਾਂ ਦਾ ਹੀ ਬਣਾ ਲਿਆ ਉਹ ਬਣਾ ਲਿਆ ਕਿ ਭਾਜੀ ਤੇ ਕਿੰਨੀ ਕਿ ਦੇਰ ਲੱਗੇਗੀ ਦੇਰ ਕੀ ਲੱਗਣੀ ਆ ਬਸ ਆ ਮੁੰਡੇ ਆ ਗਏ 10 ਮਿੰਟ ਤੱਕ ਆ ਜਾਣਾ ਉਹਨਾਂ ਨੇ ਤੇ ਬੈਲਟ ਵੀ ਤੁਹਾਡਾ ਟੁੱਟਾ ਨਹੀਂ ਉਹ ਬੈਲਟ ਫਿਰ ਭਾਜੀ ਬੈਲਟ ਤਾਂ ਹੁਣ ਪਾਉਣਾ ਹੀ ਆ ਆਹ ਬੈਲਟ ਪਵਾ ਕੇ ਆਉਂਦਾ ਆ ਮੁੰਡਾ ਤੇ ਉਹਨੂੰ ਭੇਜਦਾ ਉਹਨੇ ਸ਼ਹਿਰ ਬੈਲਟ ਫੜ ਚਲਾ ਗਿਆ ਮੁੰਡਾ ਸ਼ਹਿਰ ਲੈਣ ਵਾਸਤੇ ਚਲਾ ਗਿਆ ਕਹਿਤਾ ਉਹਨੂੰ ਹਾਂ ਤੇ ਕਿੰਨੀ ਕਿ ਦੇਰ ਲੱਗੇਗੀ ਮੈਨੂੰ ਦੱਸੋ ਜਰਾ ਭਾਜੀ ਘੰਟਾ ਤੇ ਘੰਟੇ ਦੋ ਤੇ ਲੱਗੇ ਜੀ ਦੋ ਲੱਗ ਜਾਣੇ ਨਹੀਂ ਤੁਹਾਡੇ ਕੋਲ ਲੱਕੜ ਚੀਰੀ ਨਹੀਂ ਪਈ ਇਸ ਟਾਈਮ ਭਾਜੀ ਚੀਰੀ ਪਈ ਆ ਅੱਛਾ ਲੇਕਿਨ ਫਿਰ ਵੀ 2 ਘੰਟੇ ਤਿਆਰ ਹੁੰਦੇ ਲੱਗ ਜਾਣੇ 2 ਘੰਟੇ ਲੱਗ ਜਾਣੇ ਲੱਗ ਜਾਣੇ ਬਸ ਠੀਕ ਅੱਛਾ ਭਾਜੀ ਕਿੰਨੇ ਪੈਸੇ ਲਓਗੇ ਭਾਜੀ 60,000 ਰੁਪਇਆ ਲੱਗ ਜਾਏਗਾ ਤੁਹਾਡਾ 60,000 ਹਾਂ ਅਗਰ ਥੋੜੀ ਜਿਹੀ ਭਾਜੀ ਤਿਆਰ ਦੀ ਲੱਕੜ ਹੈਗੀ ਆ ਲੱਕੜ ਹੀ ਬਹੁਤ ਮਹਿੰਗੀ ਹੈਗੀ ਉਹ ਗੁੰਜਾਇਸ਼ ਥੋੜੀ ਜੀ ਗੁੰਜਾਇਸ਼ ਭਾਜੀ ਇਹ ਕਰਤੀ ਹੈ ਚਲੋ ਹੋਰ ਤੁਸੀਂ ਇਹ ਆ 2000 ਖੰਡ ਹੋਰ ਘੱਟ ਕਰ ਲੈਣੇ ਚਲੋ ਪੈਸੇ ਮੈਂ ਤੁਹਾਨੂੰ ਉਹੀ ਦੇ ਦਾਂਗਾ ਜਿਹੜੇ ਤੁਸੀਂ ਮੂੰਹੋਂ ਮੰਗੇ ਆ ਲੇਕਿਨ ਇਹ ਕਿ ਮਜ਼ਬੂਤ ਹੋਵੇ ਬਸ ਮਜ਼ਬੂਤ ਹੋਏਗਾ ਅੱਲਾ ਦੀ ਮਿਹਰਬਾਨੀ ਉਹ ਚੀਜ਼ ਉਹਦੇ ਚ ਬਾਹਰ ਵੀ ਨਾ ਆਵੇ ਕਿ ਕਤਰਾ ਬਾਹਰ ਨਾ ਆਵੇ ਕਤਰਾ ਕੀ ਮਕਸਦ ਭਾਜੀ ਉਹ ਮਿਸਾਲ ਹੁੰਦਾ ਵੀ ਇੱਕ ਪਾਣੀ ਵੀ ਪਾਈਏ ਤੇ ਬਾਹਰ ਨਾ ਆਵੇ ਮਾੜਾ ਜਿਹਾ ਪਾਣੀ ਪਾਉਣ ਦਾ ਨਹੀਂ ਹੁੰਦਾ ਉਹਦਾ ਇਹ ਹੈ ਕਿ ਬਿਰਲ ਨਹੀਂ ਹੋਏਗਾ ਹਾਂ ਬਿਰਲ ਨਾ ਆਵੇ ਅੱਛੇ ਤਰੀਕੇ ਨਾਲ ਉਹ ਜਿਹੜਾ ਵੀ ਤੁਸੀਂ ਲਾਉਨੇ ਆ ਕੈਮੀਕਲ ਅੱਛੇ ਤਰੀਕੇ ਨਾਲ ਲਾ ਕੇ ਨੂੰ ਆ ਜੋੜਨਾ ਹਾਂ ਸਮਦ ਸਮਦ ਲਾਉਨੇ ਆ ਗਿਲੂ ਵਗੈਰਾ ਵੀ ਪਾ ਕੇ ਗਿਲੂ ਵਗੈਰਾ ਪਾ ਕੇ ਸਮਦ ਲਾ ਕੇ ਬਸ ਠੀਕ ਆ ਮਟੀਰੀਅਲ ਅੱਛਾ ਲਾ ਦਿਓ ਪੈਸੇ ਤੁਹਾਨੂੰ ਮੈਂ ਤੁਹਾਡੀ ਮਰਜ਼ੀ ਦੇ ਦੇਣਾ ਠੀਕ ਹੈ ਜੀ ਚਲੋ ਅੱਲਾ ਖੈਰ ਕਰੇ ਤੁਸੀਂ ਕੰਮ ਸ਼ੁਰੂ ਕਰੋ ਮੈਂ ਤੁਹਾਡੇ ਕੋਲ ਹੀ ਆ ਉਹਨਾਂ ਨੂੰ ਫੋਨ ਕਰ ਭੋਲੇ ਉਹਨਾਂ ਨੂੰ ਸ਼ੀਦੇ ਨੂੰ ਕਰ ਲਾ ਫੋਨ ਹੈ ਅੰਬੋ ਨੂੰ ਕਰ ਲਾ ਉਹਨਾਂ ਕੋਲ ਸਾਰੇ ਇਕੱਠੇ ਹੋਵੋ ਤੇ ਆ ਕੰਮ ਇੱਕ ਤਿਆਰ ਕਰ ਕਾਰੀਗਰ ਕਿੰਨੇ ਕੋ ਆਪਣੇ ਕੋ ਕਾਰੀਗਰ ਭਾਜੀ ਆਪਣੇ ਕੋ 13-14 ਆ 13-14 ਹੀ ਫੇਰ ਤੁਸੀਂ ਸਹੀ ਕਹਿ ਰਹੇ 2 ਘੰਟੇ ਮੈਂ ਫੋਨ ਕਰ ਦਵਾਂ ਪਿੱਛੇ ਫੇਰ ਮੈਂ ਆ ਫੋਨ ਕਰ ਦਿਓ ਹੋਰ ਛੀਤੇ ਕਿੱਥੇ ਆ ਆ ਸਾਧ ਨੂੰ ਬੁਲਾ ਦੇ ਆ ਮਹੀਦੇ ਨੂੰ ਵੀ ਲੈ ਮੈਂ ਨਾ ਗੱਲ ਕਰਾਇਆ ਦੀ ਆ ਸਾਧ ਨੂੰ ਆਪ ਗੱਲ ਕਰ ਲਾ ਸਾਜੀ ਕਰੀ ਦੇ ਚੁੱਕਣੀ ਨੇ ਆ ਕਿੱਥੇ ਆ ਮਹੀਦੇ ਆ ਗੱਲ ਸੁਣ ਜਲਦੀ ਆ ਇੱਥੇ ਆ ਉਹ ਕੰਮ ਦੇਣਾ ਆ ਪੁੱਤ ਕਸਟਮਰ ਆਏ ਆ ਤਾਂ 2 ਘੰਟੇ ਦਾ ਟਾਈਮ ਦਿੱਤਾ ਉਹਨਾਂ ਨੇ ਆਹੋ ਆ ਜਾ ਜੁਮਾ ਆ ਤਾਂ ਫਿਰ ਪੁੱਤ ਉਹਨੂੰ ਕੰਮ ਤਾਂ ਦੇਣਾ ਕਿ ਨਹੀਂ ਹੈਗਾ ਆ ਛੁੱਟੀ ਛੁੱਟੀ ਕੱਲ ਚੱਲ ਜੀ 2 ਘੰਟੇ ਪਹਿਲਾਂ ਚੱਲ ਜੀ ਹਾਂ ਨਹੀਂ ਬੁਲਾਓ ਬੁਲਾਓ ਆ ਜਾ ਮੇਰਾ ਪੁੱਤ ਜਲਦੀ ਉਹਨੂੰ ਕਹ 200 ਵੱਧ ਲਾ ਲਵੇ ਆ ਜਾ ਉਹ ਬੈਲਟ ਬੈਲਟ ਲੈ ਕੇ ਆ ਰਿਹਾ ਆ ਆ ਗਿਆ ਵਾ ਬੈਲਟ ਆ ਗਿਆ ਤੂੰ ਆ ਜਾ ਆ ਜਾ ਆ ਜਾ ਚੱਲ ਆਉਂਦੇ ਨਾ ਇਹਨਾਂ ਨੂੰ ਲਾਭ ਬਸ ਮੈਂ ਫੋਨ ਕਰਕੇ ਦੱਸ ਦਵਾਂ ਆਸ਼ਪੀਕ ਆਸ਼ਪੀਕ ਮੇਰੀ ਗੱਲ ਹੋ ਗਈ ਸਤਾਦ ਹੁਣਾਂ ਨਾ ਜੜਾਂ ਵਾਲੇ ਰੋਡ ਤੇ ਹੈਗਾ ਖਰਲ ਮੋੜ ਬਿਲਕੁਲ ਬਿਲਕੁਲ ਸਿੱਧੇ ਆ ਤੁਹਾਡੇ ਖੱਬੇ ਹੱਥ ਆਉਣਾ ਵਾ ਵੱਡਾ ਆਰਾ ਹੈ ਨਹੀਂ ਤੁਸੀਂ ਸਪੀਡ ਮਾਰੋ ਬੇਫਿਕਰ ਹੋ ਜਾਓ 2 ਘੰਟੇ ਤੱਕ ਤੁਸੀਂ ਪਹੁੰਚ ਜਾਓ
ਬਲੀਡਿੰਗ ਹੋ ਰਹੀ ਹੈ ਉਹਨਾਂ ਨੇ ਬਲੀਡਿੰਗ ਤੋਂ ਹੈ ਪਤਾ ਕਿ ਤੁਸੀਂ ਨਾ ਰੂਣਾ ਰੱਖ ਕੇ ਕਪੜਾ ਕੁਪੜਾ ਲਪੇਟੋ ਉਹਨਾਂ ਨੇ ਦੋ ਘੰਟੇ ਤੇ ਬਕਸਾ ਤਿਆਰ ਕਰ ਦੇਣਾ ਉਹ ਤੁਸੀਂ ਜੰਪ ਤੋਂ ਬਚਾਈਓ ਨਾ ਜ਼ਰਾ ਉੱਥੋਂ ਹੌਲੀ ਨਿਕਾ ਲਿਓ ਬੰਦੇ ਚੰਗੇ ਆ ਕਹਿੰਦੇ ਮਜ਼ਬੂਤ ਤਿਆਰ ਕਰਕੇ ਦੇਵਾਂਗੇ ਹਾਂ ਓਕੇ ਓਕੇ ਆ ਜਾਓ ਆ ਜਾਓ ਆ ਜਾਓ ਆ ਜਾਓ ਸੱਟ ਲੱਗ ਗਈ ਹੈ ਹਾਂਜੀ ਸੱਟ ਲੱਗ ਗਈ ਨਹੀਂ ਨਹੀਂ ਸੱਟ ਨਹੀਂ ਲੱਗੀ ਉਹਨਾਂ ਨੂੰ ਕਿਹੜਾ ਔਰ ਉੱਤੇ ਨਾ ਅੱਗ ਟੱਲੀ ਲੈ ਕੇ ਨਾ ਟੱਲੀ ਸਾੜ ਕੇ ਉਹਦੇ ਉੱਤੇ ਲਾ ਦੇ ਉਹ ਨਹੀਂ ਉਹ ਖੂਨ ਜਿਹੜਾ ਉਹ ਹੋਰ ਹੋਰ ਰੌਲਾ ਉਹ ਪੱਟੀ ਵਾਲਾ ਰੌਲਾ ਨਹੀਂ ਹੈਗਾ ਅੱਛਾ ਤੇ ਤੁਸੀਂ ਇਸ ਤਰ੍ਹਾਂ ਕਰੋ ਆ ਪੈਸੇ ਫੜੋ ਇਹ ਸਾਜੀ ਇਹ ਪੈਸੇ ਰੱਖੋ ਤੁਸੀਂ ਠੀਕ ਹੈ ਇਹ ਪੈਸੇ ਤੁਹਾਡੇ ਆ ਗਏ ਇਹ ਪਾਓ ਜੇਬ 'ਚ ਠੀਕ ਹੈ ਇਸ ਤਰ੍ਹਾਂ ਤਿਆਰ ਕਰਕੇ ਨਾ ਮਾਲ ਤੇ ਉਹ ਬਕਸਾ ਸਾਰਾ ਹੀ ਤੁਸੀਂ 15 ਦਿਨ ਆਪਣੇ ਕੋਲ ਵੀ ਰੱਖ ਲਿਓ ਤੁਹਾਡੀ ਮਿਹਰਬਾਨੀ ਨਹੀਂ ਉਹ ਕੋਈ ਨਹੀਂ ਇੱਥੇ ਪਿਆ ਰਹੇਗਾ ਭਾਜੀ ਠੀਕ ਹੈ ਕੋ ਹੈ ਨਾ ਕਮਰਾ ਕੋ ਬਲਕਿ ਉਹ ਤੇ ਪਲਾਸਟਰ ਚੜਾ ਦੇਵਾਂਗੇ ਅੱਲਾ ਤੁਹਾਡਾ ਭਲਾ ਕਰੇ ਮੇਰੀ ਮੁਸ਼ਕਲ ਤੇ ਹੱਲ ਹੋ ਜਾਏ ਆ ਨਹੀਂ ਨਹੀਂ ਕੋਈ ਨਹੀਂ 15 ਦਿਨ ਬਾਅਦ ਲੈ ਜਾਓ 16 ਦਿਨ ਬਾਅਦ ਲੈ ਜਾਓ ਬਸ ਨਾ ਕੋ ਤਿਬਕਾ ਬਾਹਰ ਨਾ ਆਵੇ ਤਿਬਕਾ ਕਰਦਾ ਤਿਬਕਾ ਖੂਨ ਦਾ ਤਿਬਕਾ ਖੂਨ ਦਾ ਮਕਸਦ ਕੀ ਤਿਬਕਾ ਉਹ ਭਾਜੀ ਉਸੇ ਲਈ ਬਕਸਾ ਤਿਆਰ ਕਰਾਉਂਦਾ ਹੈ ਕਿਸ ਵਾਸਤੇ ਉਸ ਵਿੱਚ ਭਾਜੀ ਮੇਰੇ ਸਾਲੇ ਦੀ ਹੋ ਕੇ ਲੜਾਈ ਇਲਾਕੇ 'ਚ ਅੱਛਾ ਉੱਡ ਕੋ ਮਰ ਗਿਆ ਬੰਦਾ ਸਾਲੇ ਉਹ ਹੈ ਹੀ ਹੱਥ ਛੋਟਾ ਉਹਨੇ ਕਿਤੇ ਗੋਲੀ ਮਾਰੀ ਉਹਨੇ ਡਰਾਇਆ ਸੀ ਉਹ ਬੰਦਾ ਥੱਲੇ ਬਹਿ ਗਿਆ ਉਹਦੇ ਸੀਨੇ 'ਚ ਲੱਗ ਗਈ ਉੱਥੇ ਮੌਕੇ 'ਤੇ ਮਰ ਗਿਆ ਉਹ ਰਾਤ ਦਾ 1:30 ਵਜਾ ਸੀ ਗਲੀ 'ਚ ਕੋਈ ਨਹੀਂ ਸੀ ਹੈਗਾ ਉਹਨੇ ਲਾਸ਼ ਚੁੱਕ ਕੇ ਬੈਠਕ 'ਚ ਲਾ ਲਈ ਅਤੇ ਹੁਣ ਮੈਨੂੰ ਕਹਿੰਦਾ ਸੀ ਭਾਜੀ ਕੋਈ ਤਾਂ ਤਬੂਤ ਬਣਾਓ ਇਹਨੂੰ ਪਾ ਕੇ ਨਾ ਤਬੂਤ 'ਚ ਦਰਿਆ 'ਚ ਸੁੱਟਿਆਈਏ ਅਤੇ ਮੈਨੂੰ ਆ ਤੁਹਾਡਾ ਕਾਰੋਬਾਰ ਦਿਖਿਆ ਮੈਂ ਕਿਹਾ ਬੰਦੇ ਮਜ਼ਬੂਤ ਬਣਾਉਣਗੇ ਹੁਣ ਤਾਂ ਤੁਸੀਂ ਕਿਹਾ ਵਾ ਵੀ ਮੈਂ ਮਜ਼ਬੂਤ ਹੀ ਕੰਮ ਕਰਦਾ ਬਸ ਤੁਸੀਂ ਉਹਦੇ ਵਿੱਚ ਪਾ ਕੇ ਸੰਦੂਕ 'ਚ 15 ਕੁ ਦਿਨ ਜਿਹੜੀ ਤੁਹਾਡੇ ਕੋਲ ਜਗ੍ਹਾ ਉੱਥੇ ਰੱਖ ਲਈਓ ਉਹ ਮਾਹੌਲ ਥੋੜ੍ਹਾ ਜਿਹਾ ਠੰਡਾ ਹੋਊਗਾ ਅਸੀਂ ਉਹਨੂੰ ਉੱਦਾਂ ਹੀ ਚੁੱਕ ਕੇ ਬਕਸੇ ਨੂੰ ਸਿੱਧੇ ਦਰਿਆ 'ਚ ਸੁੱਟ ਦੇਣਾ ਅਤੇ ਰੌਲਾ ਨਿਪਟ ਜਾਣਾ ਅਤੇ ਬਸ ਉਹ ਵੀ ਪਹੁੰਚਣ ਵਾਲੇ ਹੀ ਹੈ ਬਸ ਇਹ ਜ਼ਰਾ ਕਿੱਲ ਵੱਡੇ ਲਾ ਦਿਓ ਮਜ਼ਬੂਤ ਹੋ ਜਾਏ ਅੱਲਾ ਤੁਹਾਡਾ ਭਲਾ ਕਰੇ ਕੰਮ ਸ਼ੁਰੂ ਕਰੋ ਤੁਸੀਂ ਜਲਦੀ ਜਲਦੀ ਬਸ ਪਹੁੰਚਣ ਵਾਲੇ ਅਸੀਂ ਜਿਹੜੀ ਉਹ ਜਿਹੜਾ ਬਣਾ ਰਹੇ ਆ ਪੇਟੀ ਹਾਂਜੀ 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 ਉਹ ਲਾਸ਼ ਵਾਸਤੇ ਬਣਾਉਣ ਦੇ ਭਾਜੀ ਲਾਸ਼ ਵਾਸਤੇ ਪਤਾ ਇਦਾਂ ਦਾ ਕੰਮ ਕਰਿਓ ਤਾਂ ਖੂਨ ਦਾ ਤਿਬਕਾ ਬਾਹਰ ਨਾ ਆਵੇ ਫੇਰ ਤਾਂ ਕਿਸੇ ਨੂੰ ਸ਼ੱਕ ਹੋ ਜਾਣੀ ਹੈ ਉਹਦਾ ਖੂਨ ਦਾ ਤਿਬਕਾ ਕਿਹੜਾ 9000 ਦਾ ਵਿਕਣਾ ਆ ਹੈ ਕਿਹੜੀ ਤੂੰ ਗੱਲ ਕਰ ਰਿਹਾ ਆ ਵੀ ਉਹਦਾ ਖੂਨ ਦਾ ਤਿਬਕਾ ਜਿਹੜਾ 2.5 ਲੱਖ ਦਾ ਵਿਕਣਾ ਆ ਹੈ ਅਸੀਂ ਲਾਸ਼ ਦਾ ਧਿਆਨ ਰੱਖੀਏ ਉੱਥੇ ਨਹੀਂ ਤੁਸੀਂ ਸ਼ੌਪਰ ਚੜਾ ਜਾ ਕੰਮ ਕਰ ਜਾ ਕੇ ਕਾਤਲਾ ਜੀ ਆ ਧਿਆਨ ਤੂੰ ਇੰਜ ਕਹਿ ਕੇ ਜਾਣ ਡਿਆ ਜਿਵੇਂ ਸਾਡੇ ਕੋਲ ਸਾਈਕਲ ਖਿਲਾਰ ਕੇ ਜਾਣ ਡਿਆ ਵੀ ਆਹ 10 ਦਿਨ ਸਾਈਕਲ ਦਾ ਖਿਆਲ ਰੱਖੀਏ ਉਹ ਲਾਸ਼ ਆ ਉਹ ਤੇ ਤੈਨੂੰ ਅਸੀਂ ਪੈਸੇ ਦਿੱਤੇ ਆ ਪੈਸੇ ਦਿੱਤੇ ਮੈਨੂੰ ਲਾਸ਼ ਦੇ ਦਿੱਤੇ ਆ ਤੂੰ ਬਕਸਾ ਬਣਾ ਕੇ ਉਹਨੇ ਕਿਹੜਾ ਤੇਰੇ ਕੋਲ ਕੁਝ ਖਾਣ ਲਈ ਮੰਗ ਲੈਣਾ ਲਾਸ਼ ਨੇ ਇੱਥੇ ਗੱਲਾਂ ਕਰਨ ਡਿਆ ਤੂੰ ਮੇਰਾ ਛਾਲਾ ਮਰ ਗਿਆ ਤੂੰ ਵੀ ਮਰ ਜਾ ਕਿਸੇ ਪਾਸੇ ਸਾਲਾ ਤੁਸੀਂ ਮਾਰਿਆ ਆ ਮੈਂ ਉਹਨੂੰ ਸੰਭਾਲ ਕੇ ਰੱਖਾਂ 15 ਦਿਨ ਰੱਖ ਲਓ ਜਿਵੇਂ ਬੈਂਕ 'ਚ ਪੈਸੇ ਰੱਖੀ ਤੇ ਵੱਧਦੇ ਆ ਮੇਰੇ ਕੋਲ ਬੜੀ ਲਾਸ਼ ਵਧਣੀ ਸੀ ਇੱਥੇ ਮੇਰੇ ਸਾਲੇ ਨੇ ਬੰਦਾ ਮਾਰਿਆ ਤੇ ਮੈਂ ਤੇਰਾ ਨਾਮ ਹੀ ਲਿਖਾ ਦੇਣਾ ਤੂੰ ਮੇਰਾ ਨਾਮ ਕਿਉਂ ਲਿਖਾ ਦੇਣਾ ਆ ਤੇਰੇ ਕੋਲ ਪੈਸੇ ਪਾਉਂਦਾ ਮੈਂ ਹੁਣੇ ਉਹਨਾਂ ਨੂੰ ਦੱਸਦਾ ਤਬੂਤ ਬਣਾਉਂਦਾ ਫਿਰਦਾ ਇਹ ਨਹੀਂ ਤੂੰ ਆ ਜਿਹੜੇ ਪੈਸੇ ਲਏ ਗੱਲਾਂ ਕਰ ਫੜ ਪੈਸੇ ਆਪਣੇ ਫੜਨੇ ਤੇਰੀ ਮੇਰੀ ਜ਼ਬਾਨ ਹੋਈ ਆ ਜ਼ਬਾਨ ਹੋਈ ਲਾਸ਼ ਦੀ ਹੋਈ ਆ ਤੂੰ ਮਾਰਕੀਟ 'ਚ ਬੈਠਾ ਲੈ ਪੇਟੀ ਬਣਾ ਦੇ ਮੈਂ ਕਿਹਾ ਪਤਾ ਨਹੀਂ ਕਿਹੜੀ ਛੋਟੀ ਭੈਣ ਨੂੰ ਦੇਣੀ ਇਹਨੇ ਜਾਂ ਇਹਨੇ ਕਿਸੇ ਰਿਸ਼ਤੇਦਾਰ ਨੂੰ ਬਣਾ ਕੇ ਦੇਣੀ ਆ ਤੇ ਲਾਸ਼ ਵਾਸਤੇ ਪੇਟੀ ਬਣਾਉਣ ਆਇਆ ਮੇਰੇ ਕੋਲ ਤੇ ਹੁਣ ਮੈਂ ਲਾਸ਼ ਰੇੜੀ ਤੇ ਲਾ ਕੇ ਫਿਰਾਂ ਲਾ ਕੇ ਲਾਸ਼ ਲਾ ਕੇ ਲੂਣ ਲਾ ਕੇ ਉਹਨੂੰ ਵੇਚ ਇੱਕ ਤਿਮਕਾ ਨਾ ਥੱਲੇ ਡਿਜੇ ਜਿਵੇਂ 9 ਲੱਖ ਦਾ ਤਿਮਕਾ ਉਹਦਾ ਪਰ ਹਲ ਤੂੰ ਅਸੀਂ ਜਿਹੜਾ ਮੂੰਹ ਤੇਰਾ ਸਤਾਰਾ ਤੇਰੀ ਸਾਡੀ ਜ਼ਬਾਨ ਹੋਈ ਆ ਲਾਸ਼ ਦਾ ਧਿਆਨ ਰੱਖ ਜਿਵੇਂ ਮੈਨੂੰ ਛੋਟਾ ਨਿਆਣਾ ਛੱਡ ਕੇ ਜਾਣ ਡਿਆ ਮੈਂ ਜੇਬ ਚ ਪਾ ਨੂੰ ਤੇ ਮੈਂ ਬਾਪ ਜੀ ਜਾ ਕੇ ਲੈ ਲੈਂਦਾ ਉਹ ਵੀ ਲਾਸ਼ ਲੈ ਕੇ ਵੀ ਪਹੁੰਚ ਰਿਹਾ ਹੈ ਲਾਸ਼ ਬੜਾ ਤੇਰੀ ਭੈਣ ਦਾ ਵਿਹੜਾ ਆ ਵੀ ਬੰਦਾ ਨਹੀਂ ਅੰਦਰ ਵੜਨ ਦੇਣਾ ਤੈਨੂੰ ਮੈਂ ਕਿਹਾ ਵੀ ਲਾਸ਼ ਆ ਫੜਾ ਲੈ ਕੋਲ ਰੱਖ ਤੇਰੀ ਮੇਰੀ ਗੱਲਾਂ ਕਰ ਲੈ ਮੈਂ ਕਰਦਾ ਤੈਨੂੰ ਮੈਂ ਕਹੀ ਜਾਣ ਡਿਆ ਮੈਂ ਇੱਥੇ ਪੁਲਿਸ ਨੂੰ ਫੋਨ ਕਰਨਾ ਮਿੰਟ 'ਚ ਪੁਲਿਸ ਆ ਜਾਣੀ ਜਾਂ ਕਾਤਲ ਆ ਤੂੰ ਤੇ ਮੈਂ ਵੀ ਪੁਲਿਸ ਨੂੰ ਕਹਿ ਦੇਣਾ ਪੈਸੇ ਫੜ ਕੇ ਪੇਟੀਆਂ ਪੈਸੇ ਫੜੇ ਮੈਂ ਵਾਜੇ ਵਾਲਾ ਵੀ ਇੱਦਾਂ ਫੜੇ ਆ ਤੂੰ ਦਿੱਤੇ ਆ ਮੈਨੂੰ ਪੇਟੀ ਲਿਆ ਕੇ ਜਾ ਤੇ ਕਰ ਤਿਆਰ ਪੇਟੀ ਪੇਟੀ ਤੇ ਸੁਰਮਾ ਭਰਮਾ ਹੁਣ ਵਾਲ ਮਾਰਵਾ ਪੇਟੀ ਦੇ ਮੈਨੂੰ ਦੱਸ ਦੇ ਤੂੰ ਜ਼ਬਾਨ ਗੱਲ ਹੀ ਕੀਤੀ ਸੀ ਜ਼ਬਾਨ ਕੀਤੀ ਮੈਂ ਇਹਦੀ ਕੀਤੀ ਸੀ ਕਿ ਲਾਸ਼ ਮੇਰੇ ਹਵਾਲੇ ਕਰਕੇ ਜਾਓ ਲਾਸ਼ ਕਰਾਂ ਮੈਂ ਤੇਰੀ ਪਾਉਣੀ ਵਿੱਚ ਜਿਹੜਾ ਮਰਿਆ ਪਾਉਣੀ ਆ ਇੱਥੇ ਰੱਖਣੀ ਨਹੀਂ ਪਰ ਹਲ ਤੇਰੀ ਜ਼ਬਾਨ ਹੋਈ ਤੂੰ ਤਿਆਰ ਕਰਨੀ ਆ ਨਹੀਂ ਤਾਂ ਤਿਆਰ ਕਰਨੀ ਆ ਫੜ ਉਹ ਵੀ ਪਹੁੰਚ ਰਹੇ ਅਗਲੇ ਤੇ ਪਹੁੰਚ ਰਹੇ ਮੈਂ ਰੌਲਾ ਪਾ ਦੇਣਾ ਇੱਥੇ ਆ ਬੰਦੇ ਕੋਲ ਲਾਸ਼ ਆ ਇਹ ਮੈਂ ਤੈਨੂੰ ਦੱਸ ਮੈਂ ਰੌਲਾ ਪਾ ਦੇਣਾ ਆ ਮੈਂ ਕਿਹੜਾ ਇਸ ਬੰਦੇ ਕੋਲ ਲਾਸ਼ ਆ ਹਾਂ
ਬਾੜੇ ਨੂੰ ਐ ਫਾੜੇ ਤੇਰੇ ਲਾਸ਼ ਮਾ ਉਹ ਭਾਈ ਲੋਕੋ ਲਾਸ਼ ਆ ਭਾਈ ਓਏ ਆ ਬੰਦਾ ਜਾ ਰਿਹਾ ਲਾਸ਼ ਵਾਲਾ ਫਾੜੇ ਨੂੰ ਫੜ ਜਰਾ ਜੇ ਆ ਗੱਲਾਂ ਕਰਨ ਸਾਜ ਹੀ ਨੱਸ ਗਿਆ ਹੁਣ ਪੇਟੀ ਦਾ ਕੀ ਕਰਨਾ ਪੇਟੀ ਚ ਤੇਰੀ ਲਾਸ਼ ਪਾ ਕੇ ਵੇਚ ਦੇਣੀ ਹੈ।